ਬਹੁਤ ਹੀ ਜ਼ਿਆਦਾ ਹਾਰਡ ਸੀ ਅਤੇ ਜਿਵੇਂ ਦੇ ਬਸ ਕਿ ਜੇ ਤੁਸੀਂ ਸੁਣਦੇ ਹੋ ਨਹੀਂ ਸੀ ਬਹੁਤ ਸਾਰੀ ਦਫ਼ਾ ਤੁਹਾਡੇ ਬਰਤਨ ਨੂੰ ਤੁਹਾਨੂੰ ਹੱਥ ਨਹੀਂ ਲਗਾਉਣ ਦਿੰਦੇ ਤੁਹਾਨੂੰ ਘਰਾਂ 'ਚ ਨਹੀਂ ਵੜਨ ਦਿੰਦੇ ਇਸੇ ਚੀਜ਼ਾਂ ਫੇਸ ਕਰਕੇ ਆਏ ਹੋ ਤੁਸੀਂ ਦੇਖਿਆ ਸਾਡਾ ਹੋਇਆ ਜਿੱਦਾਂ ਹੋਇਆ ਬਿਲਕੁਲ ਹਾਂਜੀ ਹੋਇਆ ਅਕਤੂਬਰ ਦੇ ਵਿੱਚ ਮੇਰੇ ਇੱਕਦਮ ਗਲਾ ਨਾ ਸਵੈਲ ਹੋ ਗਏ ਬਹੁਤ ਜ਼ਿਆਦਾ ਥੈਲੇਸੀਮੀਆ ਹੁੰਦਾ ਨਹੀਂ ਕਿ ਬਿਮਾਰੀ ਹੁੰਦੀ ਹੈ ਬਲੱਡ ਦੀ ਮੇਰੇ 'ਚ ਉਹ ਸੈਲਸ ਬਹੁਤ ਘੱਟ ਸਨ ਕਾਫੀ ਪ੍ਰੋਬਲਮ ਚੱਲੀ ਤੋਂ ਮੇਰੇ ਕੰਸਲਟ ਕਹਿ ਰਿਹਾ ਕਿ ਤੇਰਾ ਕੈਂਸਰ ਬਹੁਤ ਹੀ ਡੇਂਜਰਸ ਸੀ ਫਿਰ ਇੱਕ ਹੋਰ ਇੱਕ ਟਾਈਮ ਆਇਆ ਕਿ ਮੈਂ ਡਿਪਰੈਸ਼ਨ 'ਚ ਚਲੀ ਗਈ ਖੁਦ ਆਪਣੇ ਮੁਬਾਰਕ ਅਜ਼ੀਮ ਜਲਾਲੀ ਨਾਮ ਦੇ ਇਸਲਾਮ ਜੈ ਮਸੀਹੀ ਔਰ ਦ ਪ੍ਰੋਗਰਾਮ ਜੀ ਆਇਆਂ ਨੂੰ ਦੀ ਓਲਡ ਟੈਸਟਮੈਂਟ ਸਪੀਕਸ ਆਫ ਸੈਵਰਲ ਵੁਮਨ ਹੂ ਡੈਡੀਕੇਟਿਡ ਦੇਅਰ ਟਾਈਮ ਹੋਮਸ vocation and unselfish service to God's church, setting an example for today's woman. My guest is surely a blessed person. Shabana ji is a woman on fire for the Lord's work. Aaj mere mehman hai broadcaster Shabana ji, jinhon nu milke aur sunke aur dekhke tusi bade khush honge aur barkat paoge. Aaj apan unhon nu galbaat karni hai aur unhon ne khuda ka kalam bhi apan nu sunana hai. Jianu, or welcome to the program, Shabana ji. Thank you, brother. Thank you for taking your time out and tusi bahut acha lag rahe hain. Thank you very much. Brother. God bless you. Acha, the name Shabana, ida matlab hega, main dekha hega ki it's it says it's either a young lady or belonging to the night. Night, shab-e-roz. Shab-e-roz. Yeah. Ida matlab ki hai? Ke day or night mein jo pehar hota hai. शब और जैसे कि अर्ली मॉर्निंग का टाइम होता है इसका मीनिंग यही है ना शब्बे रोज व्हाट अ ब्यूटीफुल नेम अच्छा शिबाना जी मैं चाहना हैगा कि तुसी वापस आप रीवाइंड कर दें तेरी लाइफ और आप चलते हैं कि मेरे ख्याल तुसी पाकिस्तान तो हां हां जी मैं पाकिस्तान पंजाब तो हां उठो तुसी शुरू करना और तुसी मेनू इन डिटेल दसना कि तेरी लाइफ किस तरह सी किथे जन्म होया किस घर दे विच आए तुसी ਮਾਂ ਬਾਪ ਸਾਰੇ ਬਾਰੇ ਮੈਨੂੰ ਦੱਸੋ ਮੈਂ ਇੱਕ ਬਹੁਤ ਛੋਟੇ ਜਿਹੇ ਸ਼ਹਿਰ ਜੋ ਪਿੰਡ ਹੁੰਦਾ ਉੱਥੋਂ ਬਿਲੋਂਗ ਕਰਨੀ ਹਾਂ ਸਾਡੇ ਅਸੀਂ ਬਹੁਤ ਛੋਟਾ ਜਿਹਾ ਸਾਡੀ ਇੱਕ ਬਸਤੀ ਸੀ ਕ੍ਰਿਸ਼ਚਨ ਬਸਤੀ ਅਤੇ ਉੱਥੇ ਮੈਂ ਪੈਦਾ ਹੋਈ ਐਜੂਕੇਸ਼ਨ ਇੰਨੀ ਜ਼ਿਆਦਾ ਨਹੀਂ ਸੀ ਹੈ ਸਕੂਲ ਨਹੀਂ ਸੀ ਹੈ ਕਾਲਜ ਨਹੀਂ ਸੀ ਹੈ ਬਹੁਤ ਦੂਰ ਤੱਕ ਜਾ ਕੇ ਪੜ੍ਹਨਾ ਪੈਂਦਾ ਸੀ ਪਰ ਜਦੋਂ ਅਸੀਂ ਖੁਦਾਵਾਂ ਨੂੰ ਜਾਣਦੇ ਸਨ ਲੇਕਿਨ ਜਿਵੇਂ ਹੁਣ ਜਾਣਦੇ ਹਾਂ ਉਂਝ ਨਹੀਂ ਸੀ ਜਾਣਦੇ ਅਸੀਂ ਦੁਆਵਾਂ ਰਟੀਆਂ ਰਟਾਈਆਂ ਕਰਦੇ ਸਾਂ ਖੁਦਾਵਾਂ ਨੂੰ ਬਸ ਜਿਵੇਂ ਈਸਟਰ ਕ੍ਰਿਸਮਿਸ ਉਸ ਟਾਈਮ ਸਾਡੇ ਕੋਲ ਚਰਚ ਵੀ ਨਹੀਂ ਸੀ ਹੈ ਮਤਲਬ ਤੁਸੀਂ ਨੋਮੀਨਲ ਕ੍ਰਿਸਚੀਅਨ ਸੀਗੇ ਹਾਂਜੀ ਆਪਾਂ ਜਦੋਂ ਜ਼ਿੰਦਗੀ ਸ਼ੁਰੂ ਕੀਤੀ ਹੈ ਉਦੋਂ ਘਰਾਂ ਦੇ ਵਿੱਚ ਹੀ ਦੁਆ ਕਰੀ ਕੋਈ ਈਸਟਰ 'ਤੇ ਜਾਂ ਕ੍ਰਿਸਮਿਸ 'ਤੇ ਕੋਈ ਪਾਦਰੀ ਆ ਜਾਂਦਾ ਸੀ ਅਤੇ ਦੁਆ ਕਰ ਲਈਦੀ ਸੀ ਆਪਾਂ ਨੂੰ ਕੋਈ ਇੰਝ ਦੀ ਫੈਸਿਲਿਟੀਜ਼ ਨਹੀਂ ਸੀ ਮਿਲੀ ਜਿਵੇਂ ਕਿ ਜੀਸਸ ਨੂੰ ਜਾਣਨ ਦੀ ਸਾਡਾ ਬੈਕਗਰਾਊਂਡ ਇੰਝ ਦਾ ਸੀ ਕਿ ਆਪਾਂ ਮੁਸਲਿਮ ਕਮਿਊਨਿਟੀ ਵਿੱਚ ਰਹਿੰਦੇ ਸਾਂ ਅਤੇ ਛੋਟੀ ਜਿਹੀ ਬਸਤੀ ਹੈ ਅਤੇ ਪ੍ਰੈਸ਼ਰਾਈਜ਼ ਸਾਰੇ ਪਾਸੋਂ ਪ੍ਰੈਸ਼ਰਾਈਜ਼ ਸਾਂ ਅਤੇ ਲੇਕਿਨ ਖੁਦਾਵਨ ਨੂੰ ਆ ਕੇ ਜਿਵੇਂ ਕਿ ਖੁਦਾਵਨ ਨੂੰ ਬਹੁਤ ਦੇਰ ਬਾਅਦ ਅਸੀਂ ਜਾਣਿਆ ਕਿ ਯਸਮ ਸਿੱਖੀ ਹੈ ਕਿਉਂਕਿ ਜਿਵੇਂ ਬੰਦੇ ਨੂੰ ਕਦੀ ਸਾਲ 'ਚ ਇੱਕ ਦਫ਼ਾ ਥੋੜ੍ਹੀ ਜਿਹੀ ਕੋਈ ਚੀਜ਼ ਖਾਣ ਨੂੰ ਮਿਲਦੀ ਹੈ ਨਾ ਸਾਨੂੰ ਉਂਝ ਮਿਲਦੀ ਸੀ ਅਸੀਂ ਤਰਸੇ ਹੋਏ ਸਾਂ ਅਸੀਂ ਪਿਆਸੇ ਸਾਂ ਯਸੂ ਦਾ ਨਾ ਅਤੇ ਛੋਟੀਆਂ ਘਰ ਦੇ ਵਿੱਚ ਸਾਡੇ ਜਿੱਥੋਂ ਮੈਂ ਆਈ ਹਾਂ ਉੱਥੇ ਆਲੇ ਦੁਆਲੇ ਦਰਬਾਰ ਮਸਲ ਕਿ ਦਰਬਾਰਾਂ 'ਚ ਜਾਣਾ ਮੇਲੇ ਲੱਗਣੇ ਮੇਲੇ ਹਾਂਜੀ ਮੇਲੇ ਹੁੰਦੇ ਨੇ ਉਹ ਨੇ ਆਪਾਂ ਦੇ ਜਿਹੜਾ ਮੁਹੱਲਾ ਹੈ ਜਿੱਥੇ ਅਸੀਂ ਰਹਿੰਦੇ ਹਾਂ ਬਹੁਤ ਥੋੜ੍ਹੀ ਜਿਹੀ ਕਮਿਊਨਿਟੀ ਆ ਕ੍ਰਿਸਚਨ ਲੇਕਿਨ ਲੋਕ ਜਿਹੜੇ ਨੇ ਹੁਣ ਆ ਕੇ ਥੋੜ੍ਹੇ ਜਿਹੇ ਖੁਦਾਵੰਦ ਯਸਮ ਸਿੰਘ ਨੂੰ ਜਾਣਦੇ ਨੇ ਜਦੋਂ ਆਪਾਂ ਦਾ ਟਾਈਮ ਸੀ ਉਦੋਂ ਕੋਈ ਵੀ ਨਹੀਂ ਸੀ ਜਾਣਦਾ ਇੰਨਾ ਨਾ ਅਤੇ ਮਸਲ ਖੁਦਾਵੰਦ ਯਸਮ ਸਿੰਘ ਕੀ ਨੇ ਪਤਾ ਹੈ ਵੀ ਕਿ ਅਸੀਂ ਮਸੀਹੀ ਹਾਂ ਲੇਕਿਨ ਉਹਨਾਂ ਨੂੰ ਖੁਦਾਵੰਦ ਯਸਮ ਸਿੰਘ ਦਾ ਨਹੀਂ ਸੀ ਪਤਾ ਸ਼ਿਬਾਨਾ ਜੀ ਉਹ ਜਿਹੜਾ ਟਾਈਮ ਹੁੰਦਾ ਜਦੋਂ ਬਚਪਨ ਦਾ ਉਹ ਬੜੇ ਮਾਈਂਡ ਫੀਲਡ ਈਅਰਸ ਹੁੰਦੇ ਜਿਹਨੂੰ ਕਹਿੰਦੇ ਹਾਰਮੋਨਸ ਪੀਅਰ ਪ੍ਰੈਸ਼ਰ ਜਿੱਦਾਂ ਕਹਿੰਦੇ ਹੁੰਦੇ ਵੀ ਈਵਨ ਦੀ ਅਪਬ੍ਰਿੰਗਿੰਗ ਯੂ ਲਿਵਡ ਇਨ ਜਿਹੜਾ ਵੋਲਟਾਈਲ ਕੰਟਰੀ ਪਾਕਿਸਤਾਨ ਦਾ ਆਪਾਂ ਨੂੰ ਪਤਾ ਹੈਗਾ ਹੈਗੀ ਆ ਤਾਂ ਸਟ੍ਰਿਕਟ ਅਪਬ੍ਰਿੰਗਿੰਗ ਸੀ ਤੁਹਾਡੀ ਤਾਂ ਵੀ ਕਿਸ ਤਰ੍ਹਾਂ ਤੁਸੀਂ ਉਸ ਨੈਵੀਗੇਟ ਕਿੱਦਾਂ ਹੋਈ ਤੁਸੀਂ ਉਸ ਏਰੀਆ ਆਫ ਯੋਰ ਲਾਈਫ ਸਾਡੀ ਜਿਹੜੀ ਅੰਮੀ ਸਾਡੀ ਨੇ ਮਸਲ ਸਾਡੀ ਅੰਮੀ ਨੇ ਜਿਵੇਂ ਦੀ ਸਾਡੀ ਪਰਵਰਿਸ਼ ਕੀਤੀ ਸੀ ਨਾ ਕਿ ਆਪਾਂ ਦੀ ਪੂਰੀ ਫੈਮਿਲੀ ਦੇ ਵਿੱਚ ਅਗਰ ਸਾਡੇ ਵਿੱਚ ਅਗਰ ਕੋਈ ਪਾਦਰੀ ਨਹੀਂ ਵੀ ਆਉਂਦਾ ਸਾਨੂੰ ਕਲਾਮ ਦਾ ਅੰਮੀ ਥੋੜ੍ਹੇ ਪੜ੍ਹੇ ਲਿਖੇ ਸਨ ਅਤੇ ਆਪਾਂ ਜਦੋਂ ਜੇ ਥੋੜ੍ਹੀ ਜਿਹੀ ਕੋਈ ਸ਼ਕਲੋ ਸੂਰਤ ਦੀ ਲੜਕੀ ਅੱਛੀ ਲੱਗਦੀ ਜਿਵੇਂ ਕ੍ਰਿਸਚਨ ਨੇ ਆਪਾਂ ਜਦੋਂ ਬਾਹਰ ਜਾਂਦੇ ਸਾਂ ਅਤੇ ਸਾਰੇ
ਤੁਸੀਂ ਹੋ ਜਾਓ ਮਸਲਾਂ ਆਪਣਾ ਮਜ਼ਹਬ ਚੇਂਜ ਕਰ ਲਓ, ਸਾਨੂੰ ਬਹੁਤ ਸਾਰੀਆਂ ਇਹਦੀ ਚੀਜ਼ਾਂ ਸੁਣਨੀਆਂ ਪੈਂਦੀਆਂ ਸੀ। ਤੁਹਾਨੂੰ ਐਕਚੁਲੀ ਕਹਿੰਦੇ ਸੀਗੇ ਕਿ ਤੁਸੀਂ ਮਜ਼ਹਬ ਆਪਣਾ ਚੇਂਜ ਕਰ ਲਓ, ਸਾਡੇ ਇਹੋ ਜਿਸ ਏਰੀਏ 'ਚ ਆਏ ਹਾਂ, ਸਟ੍ਰਿਕਟ ਤੁਸੀਂ ਅਗਰ ਸਕੂਲਾਂ 'ਚ ਜਾਣਾ, ਸਕੂਲ 'ਚ ਪੂਰੇ ਸਕੂਲ 'ਚ ਸਿਰਫ ਇੱਕ ਲੜਕੀ ਕ੍ਰਿਸਚਨ ਹੋਵਾਂਗੇ, ਜਿੱਥੇ ਵੀ ਜਾਣਾ ਤੁਸੀਂ ਇੱਕ ਇੱਕ 'ਤੇ ਹੋਵੋਗੇ, ਉੱਥੇ ਤੁਸੀਂ ਕਿੰਨਾ ਕੁ ਤੁਹਾਡੇ ਮਾਇੰਡ 'ਤੇ ਤੁਸੀਂ ਤੁਹਾਨੂੰ ਫੇਸ ਕਰਨਾ ਪੈਂਦਾ ਨਾ, ਕਿ ਕਲਾਸ ਦੇ ਵਿੱਚ ਅਗਰ ਪੂਰੀ ਕਲਾਸ 'ਚ 90 ਲੜਕੀਆਂ ਨੇ, ਉੱਥੇ ਇੱਕ ਤੁਸੀਂ ਕ੍ਰਿਸਚਨ ਹੋ। ਅਗਰ ਤੁਸੀਂ ਜੋਬ 'ਤੇ ਗਏ ਹੋ, ਅਗਰ 100 ਲੋਕ ਨੇ, ਉੱਥੇ ਤੁਸੀਂ ਇੱਕ ਕ੍ਰਿਸਚਨ ਹੋ। ਇੰਜ ਦੀ ਏਰੀਆ ਬਹੁਤ ਹਾਰਡ ਸੀ, ਬਹੁਤ ਹੀ ਜ਼ਿਆਦਾ ਹਾਰਡ ਸੀ। ਅਤੇ ਜਿਵੇਂ ਦੇ ਮਤਲਬ ਕਿ ਜੇ ਤੁਸੀਂ ਸੁਣਦੇ ਹੋ ਨਹੀਂ ਸੀ, ਬਹੁਤ ਸਾਰਾ ਫਰਕ, ਤੁਹਾਡੇ ਬਰਤਨ ਨੂੰ ਤੁਹਾਨੂੰ ਹੱਥ ਨਹੀਂ ਲਗਾਉਣ ਦਿੰਦੇ, ਤੁਹਾਨੂੰ ਘਰਾਂ 'ਚ ਨਹੀਂ ਵੜਨ ਦਿੰਦੇ, ਇਸੇ ਚੀਜ਼ਾਂ ਫੇਸ ਕਰਕੇ ਆਏ ਹੋ। ਤੁਸੀਂ ਦੇਖਿਆ ਸਾਡੇ ਨਾਲ ਹੋਇਆ, ਤੁਹਾਡਾ ਹੋਇਆ? ਬਿਲਕੁਲ ਹਾਂਜੀ ਹੋਇਆ। ਕਿ ਇੰਨੀ ਪਰਸੀਕਿਊਸ਼ਨ, ਕਿਉਂਕਿ ਤੁਸੀਂ ਮਸੀਹੀ, ਇਸੇ ਮਸੀਹੀ ਹਾਂ, ਮਸੀਹੀ ਦੇ ਖਾਤਰ, ਹਾਂਜੀ ਮਸੀਹ ਦੇ ਨਾਂ ਦੇ ਖਾਤਰ, ਨਾਂ ਦੇ ਖਾਤਰ ਕਿ ਤੁਹਾਨੂੰ ਪਰਸੀਕਿਊਸ਼ਨ ਹੋਈ। ਅੱਜ ਕੱਲ੍ਹ ਵੀ ਦੇਖਿਆ ਜਾਵੇ ਸ਼ਬਾਨਾ ਜੀ, ਕਿ ਯੂ ਡੋਂਟ ਹੈਵ ਟੂ ਗੋ ਫਾਰ, ਦੇਖਿਆ ਜਾਵੇ ਤਾਂ ਨਿਊਜ਼ 'ਤੇ ਹੀ ਪਤਾ ਲੱਗ ਜਾਂਦਾ ਕਿ ਬੜੇ ਫੋਰਸ ਮੈਰਿਜਿਸ ਹੋ ਜਾਂਦੇ, ਫੋਰਸ ਬਾਈ ਫੋਰਸ ਫਰੋਮ ਕ੍ਰਿਸਚੈਨਿਟੀ ਟੂ ਇਸਲਾਮ ਵੀ ਹੋ ਰਹੇ ਹੈਗੇ ਆ, ਔਰ ਛੋਟੀ ਛੋਟੀਆਂ ਬੱਚੀਆਂ 14-15 ਸਾਲਾਂ ਦੀਆਂ ਵੀ ਕਿਡਨੈਪ ਕਰਕੇ ਉਹਨਾਂ ਨਾਲ ਸ਼ਾਦੀ ਵੀ ਹੋ ਰਹੀ ਹੈਗੀ ਹੈ। ਤਾਂ ਤੁਸੀਂ ਕਹਿੰਦੇ ਵੀ ਇਹ ਤੁਹਾਡੇ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ? ਹਾਂਜੀ ਸੇਮ ਹੀ ਸੀ। ਹਾਂਜੀ ਉਦੋਂ ਦੇਖੋ ਨਾ ਕਿ ਮੀਡੀਆ ਨਹੀਂ ਸੀ ਹੈ, ਸੋਸ਼ਲ ਮੀਡੀਆ ਨੇ ਉਦੋਂ ਨਹੀਂ ਸੀ ਪਤਾ ਚੱਲਦਾ ਹੈ। ਮੇਰੀ ਮੰਮੀ ਨੂੰ, ਮੇਰੇ ਫਾਦਰ ਨੂੰ ਵੀ ਅਕਸਰ ਲੋਕ ਕਹਿੰਦੇ ਸਨ ਕਿ ਤੁਸੀਂ ਸਾਡੀਆਂ ਆਪਣੀਆਂ ਬੇਟੀਆਂ ਸਾਨੂੰ ਦੇ ਦਿਓ, ਸਾਡੇ ਬੱਚਿਆਂ ਨਾਲ ਸ਼ਾਦੀਆਂ ਕਰ ਦਿਓ। ਲੇਕਿਨ ਸਿਰਫ ਸਾਡੀ ਕਾਫੀ ਲੋਕ ਗਏ ਵੀ ਨੇ ਇਸ ਸਾਈਡ 'ਤੇ, ਲੇਕਿਨ ਮੇਰੀ ਮੰਮੀ ਨੇ ਇੰਝ ਸਾਡੀ ਤਰਬੀਅਤ ਕੀਤੀ ਸੀ ਕਿ ਆਪਾਂ ਜਿੰਨੀ ਮਰਜ਼ੀ ਮੈਜੋਰਟੀ 'ਚ ਰਹੇ ਹਾਂ, ਲੇਕਿਨ ਆਪਾਂ ਨੇ ਆਪਣਾ ਫੇਥ ਨਹੀਂ ਛੱਡਿਆ ਹੈ ਨਾ। ਉਹਨੇ ਤਲੀਮ ਇਹ ਸੀਗੀ ਕਿ ਤੁਸੀਂ ਕ੍ਰਿਸਚਨ ਖਾਨਦਾਨ ਦੇ ਵਿੱਚ ਕ੍ਰਿਸਚਨਾਂ 'ਚ ਜਾਣਾ ਔਰ ਤੁਸੀਂ ਉਹੀ ਫੋਲੋ ਕਰਨਾ ਹੈ, ਫੋਲੋ ਕਰਨਾ। ਹਾਂਜੀ ਬਿਲਕੁਲ। ਸੋ ਉਹ ਟਾਈਮ ਫਿਤਰ ਲਈ ਕਾਫੀ ਹਾਰਡ ਸੀ, ਬਹੁਤ ਹਾਰਡ ਸੀ, ਬਹੁਤ ਹਾਰਡ ਸੀ, ਕਾਫੀ ਤੁਸੀਂ ਟੈਸਟਿੰਗ ਟਾਈਮ ਸੀ, ਕਿਉਂਕਿ ਜੇ ਇੰਨੀ ਪਰਸੀਕਿਊਸ਼ਨ ਹੁੰਦੀ ਕਿ ਯਾਰੀ ਬੰਦਾ ਅੱਛਾ ਰਸਤਾ ਲੱਭ ਲੈਂਦਾ, ਚਲੋ ਯਾਰ ਵੀ ਮਤਲਬ ਵੀ ਐਟਲੀਸਟ ਅਸੀਂ ਜੀਵਾਂਗੇ, ਤਾਂ ਕਦੀ ਸੋਚ ਆਈ ਸੀ ਵੀ? ਨਹੀਂ ਨਹੀਂ, ਕਦੀ ਵੀ ਨਹੀਂ, ਕਦੀ ਨਹੀਂ ਸੀ ਆਈ। ਦੇਖੋ ਨਾ ਕਿ ਉਦੋਂ ਖੁਦਾਵੰਦ ਯਿਸੂ ਮਸੀਹ ਦੇ ਬਾਰੇ ਪਤਾ ਵੀ ਨਹੀਂ ਸੀ ਇੰਨਾ ਜ਼ਿਆਦਾ ਨਾ, ਕਿ ਜਿਵੇਂ ਹੁਣ ਆਪਾਂ ਮਚੋਰ ਹੋ ਗਏ ਹਾਂ, ਸਾਨੂੰ ਪਤਾ ਵੇ, ਅਸੀਂ ਉਹਨਾਂ ਜਾਣਦੇ ਵੀ ਨਹੀਂ, ਲੇਕਿਨ ਇੱਕ ਅੰਦਰ ਬਿਲੀਵ ਸੀ ਕਿ ਜੋ ਯਿਸੂ ਵੇ ਸਾਨੂੰ ਕੋਈ ਕੁਝ ਨਹੀਂ ਦੇ ਸਕਦਾ, ਇਸ ਭਾਵੇਂ ਜਿੱਥੇ ਮਰਜ਼ੀ ਹੈ, ਅਗਰ ਸਾਨੂੰ ਕੋਈ ਦੌਲਤ ਵੀ ਦੇ ਦੇ, ਸਾਨੂੰ ਅੱਛੀ ਲਾਈਫ ਸਟਾਈਲ ਵੀ ਦੇ ਦੇ, ਮਸਲ ਕਿ ਆਪਾਂ ਸ਼ਾਦੀ ਕਰਕੇ ਕਿਸੇ ਅੱਛੇ ਅਮੀਰ ਦੇ ਚਲੇ ਜਾ ਸਕਦੇ ਹਾਂ। ਯਿਸੂ ਦੇ ਨਾਲ ਮੁਹੱਬਤ ਸੀ ਨਾ, ਉਹ ਅਸੀਂ ਕਦੀ ਸੋਚਿਆ ਨਹੀਂ ਸੀ ਹੈ, ਕਿਉਂਕਿ ਮੈਂ ਆਪੇ ਜਿੱਥੇ ਜੋਬ ਕਰਨੀ ਸਾਂ, ਮੈਂ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਜੋਬ ਕਰਨੀ ਸਾਂ, ਕੋਈ ਮੈਂ ਫਸਟ ਕ੍ਰਿਸਚਨ ਲੜਕੀ ਗਈ ਸਾਂ ਉੱਥੇ ਨਾ, ਕੋਈ ਵੀ ਕ੍ਰਿਸਚਨ ਉੱਥੇ ਜਿਸ ਸਾਈਡ 'ਤੇ ਅਸੀਂ ਹੈ ਉੱਥੇ ਕ੍ਰਿਸਚਨ ਬਹੁਤ ਘੱਟ ਨੇ, ਅਤੇ ਜਦੋਂ ਲੋਕ ਮੈਂ ਜੋਬ ਕਰ ਰਹੀ ਸਾਂ ਅਤੇ ਉਹਨਾਂ ਨੂੰ ਪਤਾ ਚੱਲਿਆ ਕਿ ਲੜਕੀ ਕ੍ਰਿਸਚਨ ਹੈ, ਅਤੇ ਮੈਨੂੰ ਲੋਕ ਵੇਖਣ ਆਉਂਦੇ ਸਨ ਕਿ ਕ੍ਰਿਸਚਨ ਲੜਕੀ, ਇਹ ਕ੍ਰਿਸਚਨ ਲੜਕੀ ਹੈ ਨਾ, ਫਿਰ ਪੁੱਛਦੇ ਸਨ, ਫਿਰ ਕਾਫੀ ਜ਼ਿਆਦਾ ਜਿਹੜੇ ਮੈਨੇਜਮੈਂਟ ਸੀ ਉਹਨਾਂ ਦੇ ਲੋਕ ਮੈਨੂੰ ਆ ਕੇ ਕਹਿਣ ਜੀ ਤੂੰ ਮੁਸਲਿਮ ਹੋ ਜਾ, ਤੂੰ ਮਸਲ ਆਪਣਾ ਮਜ਼ਹਬ ਛੋੜ ਦੇ ਅਤੇ ਤੂੰ ਮਸਲ ਕਿ ਅਸੀਂ ਤੇਰੇ ਨਾਲ ਸ਼ਾਦੀ ਕਰਾਂਗਾ ਯੇ ਵੋ। ਲੇਕਿਨ ਮੈਂ ਸ਼ੁਰੂ ਦਿਨ ਤਾਂ ਜੀ ਸਾਨੂੰ ਹੋਈਆਂ ਨੇ, ਸਾਡੇ ਨਵੀਆਂ ਚੀਜ਼ਾਂ ਹੋਈਆਂ ਹੋਈਆਂ ਨੇ, ਲੇਕਿਨ ਖੁਦਾ ਯਿਸੂ ਸੀ ਮਸਲ ਉਦੋਂ ਹੁਣ ਵੀ ਜਾਣ ਲੇਕਿਨ ਉਹਨਾਂ ਇੰਨਾ ਕੋਈ ਪਿਆਰ ਸੀ ਨਾ, ਕਿਸੇ ਕਿਹਾ ਕਿ ਨਹੀਂ ਜੋ ਸਾਡੀ ਸੀ, ਖੁਦਾ ਨੇ ਸਾਨੂੰ ਜਿਸ ਮਜ਼ਹਬ 'ਚ ਪੈਦਾ ਕੀਤਾ ਸੀ ਮਸੀਹ ਇੱਕ ਸੱਚਾ ਸਾਡਾ, ਹਾਂਜੀ ਸੀ, ਉਹਨੂੰ ਛੱਡ ਕੇ। ਸੋ ਲਾਈਫ ਚੱਲ ਰਹੀ ਹੈਗੀ ਮੇਰੀ ਭੈਣ, ਹਾਂਜੀ ਠੀਕ ਹੈ ਨਾ, ਔਰ ਤੁਹਾਨੂੰ ਹਰੇਕ ਪਾਸਿਓਂ ਪ੍ਰੈਸ਼ਰ ਵੀ ਆ ਰਿਹਾ ਹੈਗਾ, ਠੀਕ ਹੈ ਨਾ, ਤਾਂ ਕੰਮ ਕਾਰ 'ਤੇ ਵੀ ਆ ਰਿਹਾ ਹੈਗਾ, ਵੀ ਤੁਹਾਨੂੰ ਔਫਰਸ ਵੀ ਆ ਰਹੇ ਹੈਗੇ, ਸ਼ਾਦੀ ਦੇ ਵੀ ਔਫਰ ਆ ਰਹੇ ਹੈਗੇ, ਪਰ ਤੁਸੀਂ ਖੁਦਾਵੰਦ ਯਿਸੂ ਮਸੀਹ ਨੂੰ ਹਾਲੇ ਜਾਣਦੇ ਨਹੀਂ ਆ, ਪਰ ਤੁਸੀਂ ਉਹਨਾਂ ਨਾਲ ਪਿਆਰ ਕਰਦੇ ਹੈਗੇ, ਜਿਹਨੂੰ ਕਹਿੰਦੇ ਬਲਾਈਂਡ ਪਿਆਰ, ਤੁਹਾਨੂੰ ਪਤਾ ਨਹੀਂ, ਉਹ ਵੀ ਤਾਂ ਕਰਕੇ ਕਿਉਂਕਿ ਮਾਂ ਔਰ ਬਾਪ ਦੀ ਤਾਲੀਮ ਜਿਹੜੀ ਦਿੱਤੀ ਹੋਈ ਸੀ ਉਹ ਤੁਹਾਡੇ ਉੱਤੇ ਅਸਰ ਹੋ ਰਹੀ ਸੀਗੀ। ਬਿਲਕੁਲ। ਤਾਂ ਫਿਰ ਤੁਸੀਂ ਗਾਂਹ ਕਿੱਦਾਂ ਇਹ ਸਟੈਪ ਵੀ ਗਾਂਹ ਕਿੱਦਾਂ ਲਏ? ਦੇਖੋ ਅਸੀਂ ਦੁਆਵਾਂ ਵੀ ਕਰਨੇ ਸਾਂ, ਬਾਈਬਲ ਵੀ ਪੜ੍ਹਨੇ ਸਾਂ, ਪਰ ਸਮਝ ਨਹੀਂ ਸੀ ਹੈ ਕਿਸੇ ਚੀਜ਼ ਦੀ ਨਾ। ਫਿਰ ਕਾਫੀ ਜ਼ਿਆਦਾ ਮੈਂ ਥੋੜ੍ਹੀ ਜਿਹੀ ਜਗ੍ਹਾ ਚੇਂਜ ਕੀਤੀ, ਮੈਂ ਸਿਆਲਕੋਟ ਚਲੀ ਗਈ ਆਪਣੇ ਮਾਮੂ ਦੇ ਕੋਲ, ਠੀਕ ਹੈ, ਉੱਥੇ ਬਹੁਤ ਸਾਰੇ ਪਾਸਟਰਸ ਮਿਲੇ ਉਹਨਾਂ ਦੇ ਘਰ, ਕਿਉਂਕਿ ਮੇਰੀ ਆਪਣੀ ਪਕੜ ਸੀ, ਮੇਰੀ ਕਾਲਿੰਗ ਸੀ ਨਾ, ਅਤੇ ਮੈਂ ਬੈਠੀ ਹੋਈ ਸਾਂ ਅਤੇ ਪਾਸਟਰ ਸਾਹਿਬ ਆਏ ਨੇ ਅਤੇ ਉਹ ਕਲਾਮ ਵੀ ਮੇਰੇ ਨਾਲ ਹੀ ਕਰ ਰਹੇ ਸਨ, ਕਿ ਮਤਲਬ ਕਿ ਦੱਸ ਰਹੇ ਸੀ ਕਲਾਮ ਦੇ ਬਾਰੇ, ਅਤੇ ਮੈਨੂੰ ਲੱਗ ਰਿਹਾ ਸੀ ਕਿ ਉਹ ਜਿਹੜਾ ਖੁਦਾ ਉਹਨਾਂ ਦੇ ਮੂੰਹ 'ਚ ਕਲਾਮ ਪਾ ਰਹੇ ਮੇਰੇ ਨਾਲ ਕਲਾਮ ਹੋ ਰਿਹਾ। ਉਸ ਤੋਂ ਹਾਂਜੀ ਮੈਂ ਫਿਰ ਥੋੜ੍ਹੀ ਥੋੜ੍ਹੀ ਜਿਹੜੀਆਂ ਉਹਨਾਂ ਸਾਨੂੰ ਸਮਝਾਇਆ ਬਾਈਬਲ ਦੀਆਂ ਗੱਲਾਂ ਉਹਦੇ ਵਿੱਚ ਪੜ੍ਹਨਾ ਸ਼ੁਰੂ ਕੀਤਾ, ਆਹਿਸਤਾ ਆਹਿਸਤਾ ਫਿਰ ਖੁਦਾ ਯਿਸੂ ਮਸੀਹ ਨੂੰ ਜਾਣਿਆ ਸਹੀ ਤਰੀਕੇ ਨਾਲ ਜਾਣਿਆ, ਅਤੇ ਫਿਰ 2005 'ਚ ਮੈਂ ਬਪਤਿਸਮਾ ਲਿਆ। 2005 ਦੇ ਵਿੱਚ ਤੁਸੀਂ ਬਪਟਾਈਜ਼ ਹੋ ਗਏ? ਹਾਂਜੀ। ਤੁਸੀਂ ਖੁਦਾ ਯਿਸੂ ਮਸੀਹ ਨੂੰ ਕਬੂਲ ਕਰ ਲਿਆ? ਕਬੂਲ ਕੀਤਾ, ਕਬੂਲ ਕੀਤਾ, ਰਿਪੈਂਟ ਕੀਤਾ, ਉਹ ਪਾਸਟਰ ਜੀ ਨੇ ਕਾਫੀ ਤੁਹਾਡੀ ਮਦਦ ਕੀਤੀ ਹੈਗੀ। ਤੁਸੀਂ ਸਿਆਲਕੋਟ ਦਾ ਸੀਨ ਕਿੱਦਾਂ ਦਾ ਸੀਗਾ, ਕਿੱਦਾਂ ਦੀ ਉੱਥੇ ਡਿਨੋਮੀਨੇਸ਼ਨ? ਪੈਂਟੀਕੋਸਟਲ ਸੀਗੇ? ਪੈਂਟੀਕੋਸਟਲ ਸਨ, ਪੈਂਟੀਕੋਸਟਲ ਸਨ, ਹਾਂਜੀ। ਉੱਥੇ ਖੂਬ ਮਤਲਬ ਇੰਜੋਏ ਇੰਜੋਏ ਕੀਤਾ, ਔਰ ਕਮਿਊਨਿਟੀ ਵੀ ਤੁਹਾਡੀ ਆਪਣੀ ਸੀ? ਆਪਣੀ ਸੀ, ਹਾਂਜੀ।
ਠੀਕ ਤੇ ਭੈਣ ਭਰਾ ਕਿੱਥੇ ਸੀ ਭੈਣ ਭਰਾ ਉੱਥੇ ਜਿੱਥੇ ਸੀ ਮਰੀਮਬਾਦ ਹਾਂਜੀ ਮਰੀਮਬਾਦ ਹਾਂਜੀ ਮਰੀਮਬਾਦ ਉਹਨਾਂ ਦਾ ਨਾਮ ਆਬਵੀਅਸਲੀ ਬਿਕੋਜ਼ ਆਫ ਕੈਥੋਲਿਕ ਹਾਂਜੀ ਅੱਛਾ ਉੱਥੇ ਮੇਲਾ ਲੱਗਦਾ ਨਾ ਮੇਲਾ ਠੀਕ ਹਾਂਜੀ ਸੋ ਤੁਸੀਂ ਠੀਕ ਹੈ ਸਿਸਟਰ ਤੁਸੀਂ ਆ ਗਏ ਆ ਸਿਆਲਕੋਟ ਤਾਂ ਬੋਰਨ ਅਗੇਨ ਵੀ ਹੋ ਗਏ ਹੈਗੇ ਆ ਤੁਸੀਂ ਖੁਦ ਆਪਣੀ ਯਿਸੂ ਮਸੀਹ ਨੂੰ ਜ਼ਿੰਦਗੀ ਦੇ ਦਿੱਤੀ ਹੈਗੀ ਆ ਇੱਕ ਗੱਲ ਮੈਂ ਪੁੱਛਣੀ ਚਾਹੁੰਦਾ ਕਿ ਔਰ ਇਹ ਕ੍ਰਿਸਚਨ ਭਾਈ ਜਿੰਨੇ ਵੀ ਆਪਣੇ ਪਾਕਿਸਤਾਨੀ ਹੈਗੇ ਜਿੰਨਾ ਮਰਜ਼ੀ ਉਹਨਾਂ ਨਾਲ ਵੀ ਜਿੱਦਾਂ ਕਹਿੰਦੇ ਹੁੰਦੇ ਵੀ ਪ੍ਰੋਸੀਕਿਊਸ਼ਨ ਹੋਵੇ ਜ਼ੁਲਮ ਹੋਵੇ ਜੋ ਕੁਛ ਵੀ ਹੋਵੇ ਆਪਣੀ ਵਤਨ ਨਾਲ ਪਿਆਰ ਬਹੁਤ ਕਰਦੇ ਪਤਾ ਨਹੀਂ ਜਿਵੇਂ ਹੁੰਦਾ ਕਿ ਵਤਨ ਦੀ ਮੱਟੀ ਜਿੱਥੇ ਤੁਸੀਂ ਪੈਦਾ ਹੋ ਜਾਂਦੇ ਹੋ ਨਾ ਅਗਰ ਅਸੀਂ ਆਪਣਾ ਘਰ ਦੇ ਵਿੱਚ ਜਿੱਥੇ ਸਾਨੂੰ ਆਪਣੀ ਮੁਹੱਬਤ ਹੁੰਦੀ ਹੈ ਘਰ ਦੇ ਨਾਲ ਆਪਣਾ ਘਰ ਜਿਹੜਾ ਹੁੰਦਾ ਅਗਰ ਤੁਹਾਨੂੰ ਸੇਲ ਵੇਚਣਾ ਪਵੇ ਤਾਂ ਤੁਸੀਂ ਸੋਚਦੇ ਨਾ 100 ਦਫ਼ਾ ਕਿੱਥੇ ਸਾਡਾ ਬਚਪਨ ਗੁਜ਼ਰਿਆ ਇੱਥੇ ਇੰਜ ਦੀ ਫੀਲਿੰਗ ਸਾਡੀ ਪਾਕਿਸਤਾਨ ਦੇ ਨਾਲ ਵੀ ਹੈ ਕਿ ਅਸੀਂ ਉੱਥੇ ਪੈਦਾ ਹੋਏ ਹਾਂ ਉੱਥੇ ਸਾਡਾ ਬਚਪਨ ਗੁਜ਼ਰਿਆ ਸਾਹੇ ਸਾਨੂੰ ਬਹੁਤ ਜ਼ਿਆਦਾ ਮਤਲਬ ਕਿ ਹੁੰਦਾ ਰਿਹਾ ਹੈ ਬੁਰਾ ਸਲੂਕ ਹੁੰਦਾ ਰਿਹਾ ਹੈ ਅਤੇ ਲੇਕਿਨ ਫਿਰ ਵੀ ਪਿਆਰ ਹੈ ਵੈ ਪਿਆਰ ਅਸੀਂ ਕਰਦੇ ਹਾਂ ਹਾਂਜੀ ਤਾਂ ਫਿਰ ਤੁਹਾਡੀ ਲਾਈਫ ਉਹ ਉਸ ਵੇਲੇ ਤੁਹਾਡੀ ਉਮਰ ਕਿੰਨੀ ਕਿੰਨੀ ਸੀ ਜਦੋਂ ਤੁਸੀਂ ਸਿਆਲਕੋਟ ਦੇ ਵਿੱਚ ਬੋਰਨ ਅਗੇਨ ਹੋਏ 20 ਸਾਲ ਹੋਏ ਗਏ 20 ਸਾਲ ਹਾਂਜੀ ਤਾਂ ਸ਼ਾਦੀ ਕਦੋਂ ਹੋਈ ਸ਼ਾਦੀ ਮੇਰੀ 2006 'ਚ ਹੋਈ ਆ ਇੱਕ ਸਾਲ ਬਾਅਦ ਹੀ ਹਾਂਜੀ ਇੱਕ ਸਾਲ ਬਾਅਦ ਦੱਸੋ ਕਿੱਦਾਂ ਮੁਲਾਕਾਤ ਹੋਈ ਕੀ ਹੋਇਆ ਮੈਂ ਆਗਾਹਨ ਹੋਸਪਿਟਲ ਦਾ ਬਹੁਤ ਵੱਡਾ ਹੋਸਪਿਟਲ ਪਾਕਿਸਤਾਨ 'ਚ ਅਤੇ ਉਹਦੇ ਵਿੱਚ ਮੇਰੇ ਹਸਬੈਂਡ ਵੀ ਜੋਬ ਕਰਦੇ ਸੀ ਐਜ਼ ਏ ਨਰਸ ਮੈਂ ਐਜ਼ ਏ ਕੇਅਰ ਜੈਸੇ ਅਸਿਸਟੈਂਟ ਨਰਸ 'ਤੇ ਕੰਮ ਹਸਬੈਂਡ ਟੂ ਬੀ ਉਦੋਂ ਸੀ ਹਾਂਜੀ ਉੱਥੇ ਗਈ ਅਤੇ ਫਿਰ ਉਹਨਾਂ ਨਾਲ ਮੁਲਾਕਾਤ ਹੋਈ ਉਸ ਤੋਂ ਬਾਅਦ ਇੱਥੇ ਆ ਗਏ ਫਿਰ ਵਾਪਸ ਗਏ ਫਿਰ ਉਹਨਾਂ ਸ਼ਾਦੀ ਹੋਈ ਉਹਨਾਂ ਦੇ ਨਾਲ ਲਵ ਮੈਰਿਜ ਹੋਈ ਲਵ ਮੈਰਿਜ ਹੋਈ ਹਾਂਜੀ ਅੱਛਾ ਅੱਛਾ ਠੀਕ ਤਾਂ ਉਹ ਇੱਥੇ ਸੀਗੇ ਪਹਿਲਾਂ ਉਹ ਪਹਿਲਾਂ ਇੱਥੇ ਸੀ ਹਾਂਜੀ ਸੀਗੇ ਅਤੇ ਫਿਰ ਉਹ ਤੁਹਾਨੂੰ ਲੈ ਕੇ ਆਏ ਇੰਗਲੈਂਡ ਲੈ ਕੇ ਆਏ ਹਾਂਜੀ ਠੀਕ ਠੀਕ ਤਾਂ ਜਿਹੜੇ ਫੈਮਿਲੀ ਵੈਲਿਊਜ਼ ਤੁਸੀਂ ਆਪਣੇ ਮਾਂ ਬਾਪ ਤੋਂ ਸਿੱਖੇ ਮੈਂ ਇੰਨਾ ਕਹਿ ਸਕਦਾ ਵੀ ਉਹ ਕਾਫੀ ਵੈਲਿਊਬਲ ਸੀਗੇ ਕਿਉਂਕਿ ਇੱਕ ਯੰਗ ਔਰਤ ਲਈ ਜਾਂ ਭੈਣ ਭਰਾਵਾਂ ਜਿੰਨੇ ਵੀ ਤੁਸੀਂ ਸੀਗੇ ਵੀ ਉਹਨਾਂ ਨੂੰ ਇਹ ਤਲੀਮ ਬਲਾਈਂਡ ਫੋਲਡ ਕਰਕੇ ਪਿਆਰ ਕਰਨਾ ਖੁਦਾ ਯਿਸੂ ਮਸੀਹ ਨਾਲ ਔਰ ਇੰਨੀ ਰਿਸਟ੍ਰਿਕਸ਼ਨ ਦੇ ਵਿੱਚ ਉਹ ਵੈਲਿਊਜ਼ ਬੜੇ ਹਾਈ ਹੋਣੇ ਉਹਨਾਂ ਦੇ ਬਿਲਕੁਲ ਤੁਸੀਂ ਸਿੱਖੇ ਆ ਹਾਂਜੀ ਤਾਂ ਤੁਸੀਂ ਉਹ ਇਨਕੋਪਰੇਟ ਕਰ ਰਹੇ ਆਪਣੀ ਫੈਮਿਲੀ ਦੇ ਵਿੱਚ ਬਿਲਕੁਲ ਹਾਂਜੀ ਹੁਣ ਤਾਂ ਕਰ ਰਹੇ ਹਾਂ ਮੈਂ ਜਦੋਂ ਖੁਦਾਵੰਦ 'ਚ ਆਈ ਤਾਂ ਮੈਨੂੰ ਬਹੁਤ ਜ਼ਿਆਦਾ ਬੋਝ ਸੀ ਮੇਰਾ ਨਾ ਕਿ ਅਗਰ ਮੈਂ ਖੁਦਾਵੰਦ ਨੂੰ ਇੰਨੇ ਅੱਛੇ ਤਰੀਕੇ ਨਾਲ ਜਾਣਿਆ ਜੈਸੇ ਕਿ ਖੁਦਾਵੰਦ ਦਾ ਕਲਾਮ ਕਹਿੰਦਾ ਚੱਕ ਕੇ ਦੇਖੋ ਖੁਦਾਵੰਦ ਕਿਤਨਾ ਮਿਹਰਬਾਨ ਹੈ ਮੈਂ ਟੇਸਟ ਕੀਤਾ ਅਤੇ ਫਿਰ ਪਿਛਲੇ ਸਾਲ ਮੇਰੇ ਘਰ 'ਚੋਂ ਲਗਭਗ 11 ਜਾਂ 12 ਲੋਕ ਬੈਪਟਾਈਜ਼ ਹੋਏ ਨੇ ਔਰ ਬਹੁਤ ਵੱਡੀ ਜੰਗ ਸੀ ਤੁਹਾਨੂੰ ਦੱਸ ਨਹੀਂ ਸਕਦੀ ਮੇਰੇ ਡੈਡੀ ਨੂੰ ਚੇਂਜ ਕਰਨਾ ਕਿ ਮਸਨ ਕੋ ਉਹਨਾਂ ਨੂੰ ਬਪਤਿਸਮਾ ਦੇਣਾ ਮਤਲਬ ਚੇਂਜ ਕਰਨਾ ਇਨ ਦ ਸੈਂਸ ਫਰੋਮ ਕੈਥੋਲਿਕ ਟੂ ਬੋਰਨ ਅਗੇਨ ਬੋਰਨ ਅਗੇਨ ਯਾ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਮੈਂ ਆਪਣੇ ਡੈਡੀ ਨੇ ਜਦੋਂ ਗੱਲ ਕਰਨੀ ਸੀ ਤਾਂ ਉਹ ਕਹਿ ਰਹੇ ਸੀ ਕਿ ਤੇਰੇ ਪਿਓ ਦਾਦੇ ਜੋ ਕਰਦੇ ਰਹੇ ਨੇ ਤੂੰ ਉਹ ਕਰਨਾ ਵੀ ਤੂੰ ਇਹ ਕਿਉਂ ਮੇਰੇ ਡੈਡੀ ਹੁਣ 80 ਦੇ ਆ ਕੇ ਉਹ ਨਾ ਹੋਏ ਨੇ ਬੈਪਟਾਈਜ਼ ਹੋਏ ਨੇ ਅਤੇ ਬਹੁਤ ਹੀ ਮੁਸ਼ਕਲ ਜੰਗ ਸੀ ਕਿਉਂਕਿ ਮੈਂ ਜਦੋਂ ਖੁਦਾਵੰਦ ਦੇ ਵਿੱਚ ਮਤਲਬ ਕਿ ਖੁਦਾਵੰਦ ਨੂੰ ਜਾਣ ਰਹੀ ਸਾਂ ਅਤੇ ਮੈਂ ਕਹਿੰਦੀ ਸੀ ਖੁਦਾਵੰਦ ਜਿਵੇਂ ਸੈਮੁਅਲ ਕਹਿੰਦਾ ਕਿ ਖੁਦਾਵੰਦ ਤੂੰ ਮੈਨੂੰ ਇਸਤੇਮਾਲ ਕਰ ਮੈਂ ਹਾਜ਼ਰ ਹਾਂ ਮੈਂ ਵੀ ਇੰਝ ਕਹਿੰਦੀ ਕਿ ਖੁਦਾਵੰਦ ਮੈਂ ਹਾਜ਼ਰ ਹਾਂ ਮੈਨੂੰ ਇਸਤੇਮਾਲ ਕਰ ਅਤੇ ਮੈਂ ਕਿਹਾ ਕਿ ਨਹੀਂ ਪਹਿਲਾਂ ਮੈਂ ਕਿਹਾ ਕਿ ਮੈਂ ਆਪਣੀ ਮਿਨਿਸਟਰੀ ਪਹਿਲੀ ਮਿਨਿਸਟਰੀ ਆਪਣੇ ਘਰ 'ਚ ਸ਼ੁਰੂ ਹੁੰਦੀ ਹੈ ਆਪਾਂ ਇੱਕ ਸਾਲ ਕੰਮ ਕੀਤਾ ਹੈ ਖੁਦਾਵੰਦ ਦੇ ਫਜ਼ਲ ਦੇ ਨਾਲ ਸਿਰਫ 2 ਲੋਕ ਰਹਿ ਗਏ ਨੇ ਮੇਰੀ ਪੂਰੀ ਫੈਮਿਲੀ ਦੇ ਵਿੱਚ ਬੱਚਿਆਂ ਨੇ ਵੱਡਿਆਂ ਨੇ ਇਹ ਮੇਰੀ ਪਹਿਲੀ ਖੁਦਾਵੰਦ ਵਿੱਚ ਫਤਿਹ ਯਾਬੀ ਸੀ ਕਿ ਮੈਂ ਖੁਦਾਵੰਦ ਦੇ ਨਾਂ ਦੇ ਨਾਲ ਲੋਕਾਂ ਨੂੰ 11 ਲੋਕ ਜਿਹੜੇ ਨੇ ਬੈਪਟਾਈਜ਼ ਹੋਏ ਸੋ ਜੰਗ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਹੀ ਲੜ ਰਹੇ ਸੀ ਹਾਂ ਪਹਿਲੀ ਮੈਂ ਕਹਿ ਮੈਂ ਆਪਣੀ ਜਦੋਂ ਖੁਦਾਵੰਦ ਦੇ ਵਿੱਚ ਆਈ ਤਾਂ ਮੈਂ ਕਿਹਾ ਪਹਿਲੀ ਜਿਹੜੀ ਮਿਨਿਸਟਰੀ ਮੈਂ ਆਪਣੇ ਘਰ 'ਚ ਸ਼ੁਰੂ ਕਰਾਂਗੀ ਕਿਉਂਕਿ ਉਹ ਅਗਰ ਮੈਂ ਖੁਦਾਵੰਦ ਦੇ ਵਿੱਚ ਆਈ ਹਾਂ ਤਾਂ ਉਹਨਾਂ ਨੂੰ ਵੀ ਖੁਦਾਵੰਦ ਦੇ ਵਿੱਚ ਲਿਆਉਣ ਦੀ ਜ਼ਰੂਰਤ ਹੈ ਸੋ ਤੁਸੀਂ ਮੈਨੂੰ ਐਗਰੀ ਕਰਦੇ ਹੈਗੇ ਕਿ ਪੰਜਾਬੀ 'ਚ ਕਹਿੰਦੇ ਫਸਲ ਬੜੀ ਪੱਕੀ ਹੋਈ ਹੈ ਕੰਮ ਕਰਨ ਵਾਲੇ ਬੜੇ ਥੋੜ੍ਹੇ ਨੇ ਹਾਂਜੀ ਬਿਲਕੁਲ ਮੈਂ ਇਸ ਚੀਜ਼ ਨੂੰ ਐਗਰੀ ਕਰਨੀ ਹਾਂ ਕਿਉਂਕਿ ਆਪਾਂ ਜਦੋਂ ਦੇਖਦੇ ਹਾਂ ਬਹੁਤ ਸਾਰੇ ਲੋਕ ਨੇ ਜਿਹੜੇ ਖੁਦਾਵੰਦ ਯਿਸੂ ਮਸੀਹ ਨੂੰ ਜਾਣਦੇ ਤਾਂ ਹੈ ਨੇ ਪਰ ਜਿਸ ਤਰ੍ਹਾਂ ਇਸੀ ਜਾਣਦੇ ਤੁਸੀਂ ਜਾਣਦੇ ਹੋ ਇਸੀ ਜਾਣਦੇ ਹਾਂ ਉਸ ਤਰ੍ਹਾਂ ਨਹੀਂ ਜਾਣਦੇ ਆਪਣੇ ਲੋਕ ਵੀ ਸਾਡੇ ਅਤੇ ਮੈਂ ਜਿਹੜਾ ਮਸਲ ਬੋਝ ਲੈ ਕੇ ਨਿਕਲੀ ਸੀ ਕਿ ਮੈਂ ਆਪਣੀ ਫੈਮਿਲੀ ਫਿਰ ਆਪਣੀ ਕਮਿਊਨਿਟੀ ਵਾਸਤੇ ਪਹਿਲਾਂ ਕੰਮ ਕਰਾਂਗੀ ਬਹੁਤ ਸਾਰੇ ਲੋਕ ਸਾਡੇ ਮਚੋਰ ਨੇ ਬਹੁਤ ਸਾਰੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਪਰ ਜੇ ਤੁਸੀਂ ਬਾਈਬਲ ਦੀ ਕੋਈ ਗੱਲ ਕਰੋ ਜਿਹੜੀ ਵਾਕਈ ਬਾਈਬਲ ਕਹਿੰਦੀ ਹੈ ਉੱਤੇ ਅਮਲ ਨਹੀਂ ਕਰਦੇ ਹੈ ਅਤੇ ਇਹ ਚੀਜ਼ ਦਾ ਮੈਂ ਮਸਲ ਕਿ ਕਰਨੀ ਸਾਂ ਅਤੇ ਅੱਗੇ ਵੀ ਖੁਦਾ ਕਰੇਗਾ ਕਿ ਮੈਂ ਅਗਰ ਮੇਰੀ ਜ਼ਿੰਦਗੀ 'ਚ ਖੁਦਾ ਨੇ ਕੰਮ ਕੀਤਾ ਅਤੇ ਆਪਣੇ ਮੈਂ ਖੁਦਾ ਦੇ ਵਾਸਤੇ ਮੈਂ ਵੀ ਖੁਦਾ ਵਾਸਤੇ ਕਿ ਖੁਦਾ ਸਾਡੇ ਵਾਸਤੇ ਇੰਨੇ ਕੰਮ ਕਰਦਾ ਮੈਂ ਵੀ ਖੁਦਾ ਵਾਸਤੇ ਕੰਮ ਕਰਾਂ ਬੜਾ ਅੱਛਾ ਚੈਲੰਜ ਸੀ ਬੜਾ ਹਾਰਡ ਚੈਲੰਜ ਸੀ ਔਰ ਦੇਖਿਆ ਜਾਵੇ ਮੰਮ ਐਂਡ ਡੈਡ ਨੂੰ ਇਸ ਪਾਰ ਇੱਧਰੋਂ ਲੈ ਕੇ ਇੱਧਰ ਲੈ ਕੇ ਆਉਣਾ 80 ਸਾਲ ਤੋਂ ਬਾਅਦ ਔਰ ਉਹ ਵੀ 80 ਸਾਲ ਤੋਂ ਬਾਅਦ ਬਿਊਟੀਫੁਲ ਬਹੁਤ ਅੱਛੀ ਟੈਸਟਮਨੀ ਤਾਂ
ਮੇਰੀ ਭੈਣ, ਕਿ ਤੁਹਾਡੇ ਖਿਆਲ ਦੇ ਵਿੱਚ ਕੋਈ ਵੀ ਇਨਸਾਨ, ਤੁਹਾਡੇ ਤੁਸੀਂ ਲਾ ਲਓ ਵੀ ਤੁਹਾਡੇ ਵਰਗੀਆਂ ਭੈਣਾਂ ਹੋਰ ਵੀ ਹੈਗੀਆਂ ਜਿਹੜੀਆਂ ਇਸ ਵੇਲੇ ਦੇਖ ਰਹੀਆਂ ਹੈਗੀਆਂ, ਜਿਹੜੀਆਂ ਕਹਿ ਸਕਦੇ ਹਾਂ ਵੀ ਵਾਕਿਆ ਸ਼ਬਾਨਾ ਮੰਮੀ ਇਸ ਬੋਟ ਦੇ ਵਿੱਚ ਹੀ ਆ, ਤਾਂ ਜੇ ਇੱਕ ਤੁਹਾਨੂੰ ਚੀਜ਼ ਜਿਹੜੀ ਜ਼ਰੂਰਤ ਹੋਣੀ ਵੀ ਮਤਲਬ ਹੋਵੇ ਤੁਹਾਡੇ ਕੋਲ, ਤਾਂ ਵੀ ਉਹ ਕਿਹੜੀ ਹੋਣੀ ਚਾਹੀਦੀ? ਵੱਟ ਯੂ ਨੀਡ ਟੂ ਡੂ ਦਾ ਲੋਰਡਸ ਵਰਕ? ਵੀ ਬਾਹਰ ਜਾਣ ਲਈ, ਕਲਾਮ ਸੁਣਾਉਣ ਲਈ ਤੈਨੂੰ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਇੰਪੋਰਟੈਂਸ ਹੈਗੀ ਹੈ ਕਿ ਤੁਹਾਡੇ ਕੋਲ ਹੋਣੀ ਚਾਹੀਦੀ? ਮੈਂ ਜਿਹੜਾ ਸੋਚਦੀ ਹਾਂ ਕਿ ਖੁਦਾ ਦੀ ਮੁਹੱਬਤ ਅਗਰ ਤੁਹਾਡੇ ਨਾਲ, ਅਗਰ ਤੁਸੀਂ ਮੁਹੱਬਤ 'ਚ ਹੋ ਨਾ, ਤਾਂ ਤੁਸੀਂ ਸਾਰਾ ਹੀ ਕਦਮ ਚੁੱਕ ਸਕਦੇ ਹੋ, ਕਿਉਂਕਿ ਮੈਂ ਇਸੇ ਮਸੀਹ ਨੂੰ ਜਾਣਦੀ ਹਾਂ, ਯਸੂ ਨੂੰ ਮੈਂ ਬਹੁਤ ਹੀ ਜ਼ਿਆਦਾ ਪਿਆਰ ਕਰਨੀ, ਤੁਸੀਂ ਸਾਰੇ ਕਰਦੇ ਹੋ, ਪਰ ਮੈਂ ਕੁਝ ਅਨੋਖਾ ਯਸੂ ਵਾਸਤੇ ਕਰਨਾ ਚਾਹੁੰਦੀ ਹਾਂ। ਮੈਂ ਜਿਵੇਂ ਇੱਕ ਬਹੁਤ ਹੀ ਫਰੈਂਡਲੀ, ਜਿਵੇਂ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਆ ਨਾ, ਐਂਡ ਜਿਵੇਂ ਯਸੂ ਨਾਲ ਗੱਲਬਾਤ ਕਰਨੀ ਆ, ਮੈਂ ਬਹੁਤ ਦੂਰ ਨਹੀਂ ਉਹਨੂੰ ਫੀਲ ਕਰਦੀ, ਮੈਂ ਬਹੁਤ ਹੀ ਨਜ਼ਦੀਕ ਫੀਲ ਕਰਦੀ ਹਾਂ। ਅਤੇ ਮੈਂ ਹਰ ਪਲ, ਮੈਂ ਜਿਸਮ ਮਸਲ ਕਿ ਕਿਚਨ 'ਚ ਕੰਮ ਕਰਨੀ ਆ, ਅਗਰ ਕਿਤੇ ਵੀ ਮੈਂ ਖੁਦਾ ਜਿਸਮ ਸੇ ਨਾਲ ਰੱਖ ਰਹੀ, ਜਦੋਂ ਤੁਸੀਂ ਉਹਦੇ ਮੁਹੱਬਤ ਵਿੱਚ ਪੂਰੇ ਡੁੱਬ ਜਾਂਦੇ ਹੋ ਨਾ, ਉਦੋਂ ਤੁਸੀਂ ਉਹਦੇ ਵਾਸਤੇ ਕੁਝ ਕਰ ਸਕਦੇ ਹੋ। ਅਗਰ ਤੁਸੀਂ ਮੁਹੱਬਤ 'ਚ ਡੁੱਬੇ ਨਹੀਂ ਨਾ ਹੈ, ਅਗਰ ਤੁਸੀਂ ਉਹਨੂੰ ਇੱਕ ਪ੍ਰਭੂ ਜਾਣ ਕੇ ਜਿਸ ਨੂੰ ਬਹੁਤ ਦੂਰੀ 'ਤੇ ਰੱਖਦੇ ਹੋ, ਫਿਰ ਤੁਸੀਂ ਉਹਦੇ ਵਾਸਤੇ ਕੁਝ ਨਹੀਂ, ਉਹਦੇ ਵਿੱਚ ਡੁੱਬਣਾ ਪਏਗਾ, ਉਹਦੇ ਵਿੱਚ ਰੰਗਣਾ ਪਏਗਾ। ਅਤੇ ਫਿਰ ਤੁਸੀਂ ਜਿਹੜੀਆਂ ਭੈਣਾਂ ਵੇਖ ਰਹੀਆਂ ਨੇ, ਜੋ ਸੁਣਦੀਆਂ ਨੇ, ਅਗਰ ਮਸੀਹ ਦੀ ਮੁਹੱਬਤ ਤੁਹਾਡੇ 'ਚ ਹੈ, ਤਾਂ ਫਿਰ ਤੁਸੀਂ ਉਹਦੇ ਵਾਸਤੇ ਕੁਝ ਕਰੋਗੇ। ਮੈਂ ਤਾਂ ਭੈਣੇ ਇਹ ਸੋਚਦਾ ਹੈਗਾ ਕਿ ਤੁਹਾਡੇ ਵੱਲ ਦੇਖ ਕੇ ਔਰ ਤੁਹਾਡੇ ਨਾਲ ਥੋੜ੍ਹਾ ਟਾਈਮ ਸਪੈਂਡ ਕੀਤਾ, ਆਪਾਂ ਕਦੀ ਨਹੀਂ ਪਹਿਲਾਂ ਮਿਲੇ, ਪਹਿਲੀ ਵਾਰੀ ਮਿਲੇ ਹੈਗੇ, ਕਿ ਤੁਹਾਡੀ ਜਿਹੜੀ ਟੈਸਟਮਨੀ ਹੈ ਨਾ, ਇੱਕ ਸਰਮਨ ਆ। ਬਿਲਕੁਲ, ਜਦੋਂ ਵੀ ਤੁਸੀਂ ਬਾਹਰ ਜਾਓਗੇ, ਔਰ ਜਿਸ ਤਰ੍ਹਾਂ ਵੀ ਇਸ ਵੇਲੇ ਮੇਰੇ ਭੈਣ ਮੇਰੇ ਭਰਾ ਸੁਣ ਰਹੇ ਹੈਗੇ, ਤੁਹਾਡੀ ਜਿਹੜੀ ਟੈਸਟਮਨੀ ਹੈਗੀ ਇੱਕ ਸਰਮਨ ਆ, ਇਹ ਖੁਦਾ ਦਾ ਕਲਾਮ ਹੈਗਾ। ਕਿੱਥੇ ਤੁਸੀਂ ਫਸੇ ਹੋਏ ਸੀ, ਕਿਹੜੀ ਬਸਤੀ ਦੇ ਵਿੱਚ ਤੁਸੀਂ ਸੀਗੇ, ਛੋਟੀ ਜਿਹੀ, ਕੋਈ ਨਹੀਂ ਜਾਣਦਾ ਸੀ, ਆਲੇ ਦੁਆਲੇ ਤੁਹਾਡੇ ਸਾਰੇ ਗੈਰ, ਔਰ ਤੁਹਾਨੂੰ ਇੰਨੇ ਆਫਰਸ ਵੀ ਆ ਰਹੇ ਸੀਗੇ, ਕੰਮ ਵੀ ਸ਼ੁਰੂ ਕੀਤਾ, ਔਰ ਮੈਂ ਰੀਕੈਪ ਕਰ ਰਿਹਾ ਸਭ ਕੁਛ, ਇੱਕ ਤਰ੍ਹਾਂ ਦੀ ਫਿਲਮ ਬਣ ਰਹੀ ਹੈਗੀ ਹੈ। ਫਿਰ ਤੁਸੀਂ ਜਾ ਕੇ ਸਿਆਲਕੋਟ ਗਏ, ਉੱਥੇ ਜਾ ਕੇ ਤੁਹਾਨੂੰ ਖੁਦਾ ਦੇ ਬੰਦੇ ਮਿਲੇ, ਤੁਹਾਨੂੰ ਸਭ ਤੋਂ ਵੱਡਾ ਫਰੈਂਡ ਤੁਹਾਡਾ ਕੌਣ ਮਿਲਿਆ? ਪ੍ਰਭੂ ਯਸੂ, ਪ੍ਰਭੂ ਯਸੂ ਤੁਹਾਨੂੰ ਮਿਲ ਗਿਆ। ਔਰ ਉਹੀ ਚੀਜ਼ ਤੁਸੀਂ ਕਹਿ ਰਹੇ ਕਿ ਜੇ ਵੀ ਤੁਸੀਂ ਟੂਲ ਜੇ ਤੁਹਾਨੂੰ ਚਾਹੀਦਾ ਹੈਗਾ ਕੋਈ, ਤਾਂ ਉਹਦਾ ਪਿਆਰ ਚਾਹੀਦਾ ਹੈ, ਪਿਆਰ ਚਾਹੀਦਾ। ਬਿਲਕੁਲ, ਸੋ ਯੂ ਫੈਲ ਇਨ ਲਵ ਵਿਦ ਜੀਸਸ। ਤਾਂ ਮੇਰੀ ਭੈਣ, ਤੁਸੀਂ ਇੱਥੇ ਵੀ ਆ ਗਏ, ਤਾਂ ਸ਼ਾਦੀ ਵੀ ਇੱਥੇ ਹੋਈ ਸੀ, ਉੱਥੇ ਉੱਥੇ ਹੋਈ, ਉੱਥੇ ਹੋਈ, ਫਿਰ ਇੱਥੇ ਆਈ 2006 'ਚ। ਹਾਂਜੀ, 6 ਦੇ ਵਿੱਚ। ਬੱਚੇ? 3 ਬੱਚੇ ਨੇ ਮੇਰੇ, 3 ਬੱਚੇ। ਹਾਂਜੀ, ਬੇਟੀ ਜੈਸਮੀਨ 12 ਸਾਲ ਦੀ, ਬੇਟਾ ਜੋਨਾਥਨ 11 ਸਾਲ ਦਾ, ਔਰ ਜਸ਼ਵਾ 8 ਸਾਲ ਦਾ। ਹਾਂਜੀ, ਟ੍ਰਿਪਲ ਜੇ, ਟ੍ਰਿਪਲ ਜੇ, ਬਹੁਤ ਅੱਛੀ ਗੱਲ। ਅੱਛਾ ਸੁਣੋ, ਕਿ ਤੁਸੀਂ ਬਹੁਤ ਹੈਪੀ, ਦੈਨ ਸਡਨਲੀ ਟ੍ਰੈਜਡੀ ਵੀ ਸਟ੍ਰਾਈਕ ਕਰਦੀ ਹੈਗੀ। ਖੁਦਾ ਦਾ ਕਲਾਮ ਵੀ ਕਹਿੰਦਾ ਹੈਗਾ ਕਿ ਜਸਟ ਬਿਕੋਜ਼ ਤੁਸੀਂ ਮੇਰੇ ਵਿੱਚ ਆ ਗਏ ਆ ਔਰ ਮੈਨੂੰ ਕਬੂਲ ਕਰ ਲਿਆ ਹੈਗਾ, ਇਹਦਾ ਮਤਲਬ ਨਹੀਂ ਹੈਗਾ ਕਿ ਲਾਈਫ ਵੁੱਡ ਬੀ ਅ ਬੈਡ ਆਫ ਰੋਜ਼ਸ, ਸਭ ਕੁਛ ਠੀਕ ਹੋਏਗਾ, ਕੋਈ ਦੁੱਖ ਨਹੀਂ, ਕੋਈ ਬਿਮਾਰੀ ਨਹੀਂ, ਕੋਈ ਤਕਲੀਫ ਨਹੀਂ ਹੋਏਗੀ। ਤੁਹਾਡੇ ਉੱਤੇ ਬੜੀ ਮੁਸ਼ਕਿਲ ਟਾਈਮ ਵੀ ਆਇਆ, ਮੁਸ਼ਕਿਲ ਟਾਈਮ। ਹਾਂਜੀ, ਬਿਲਕੁਲ। 2010 'ਚ ਮੇਰਾ ਬੇਟਾ ਪੈਦਾ ਹੋਇਆ, 1 ਮਹੀਨੇ ਦਾ ਸੀ, ਸਪਟੰਬਰ 'ਚ ਪੈਦਾ ਹੋਇਆ, ਅਤੇ 2000 ਅਕਤੂਬਰ ਦੇ ਵਿੱਚ ਮੇਰੇ ਇੱਕਦਮ ਗਲਾ ਨਾ ਸਵੈਲ ਹੋ ਗਿਆ ਸੀ ਬਹੁਤ ਜ਼ਿਆਦਾ। ਮੈਂ GP ਕੋਲ ਗਈ, GP ਨੇ ਫੌਰਨ ਮੈਨੂੰ ਕੰਸਲਟੈਂਟ ਵਨ ਕਰ ਦਿੱਤਾ, ਮਤਲਬ ਕਿ ਰੈਫਰ ਕਰ ਦਿੱਤਾ। ਉੱਥੇ ਉਹਨਾਂ ਨੇ ਮੇਰਾ ਪਹਿਲਾਂ ਤਾਂ ਸਮਝ ਨਹੀਂ ਲੱਗਦੀ, ਉਹਨਾਂ ਨੇ ਪੂਰਾ ਕੀਤੇ ਟੈਸਟ ਵਗੈਰਾ ਕੀਤੇ, ਕੋਈ ਸਮਝ ਨਹੀਂ ਸੀ ਲੱਗਦੀ ਪਈ। ਫਿਰ ਉਹਨਾਂ ਮੈਨੂੰ ਅਪਰੇਟ ਕੀਤਾ, ਪਹਿਲੀ ਸਰਜਰੀ ਮੇਰੀ ਕੀਤੀ 2011 ਦੇ ਵਿੱਚ, 1 ਜਨਵਰੀ 'ਚ ਮੇਰਾ ਬੇਟਾ ਹੋਏਗਾ 3 ਸਾਲ ਦਾ, 3 ਮਹੀਨਿਆਂ ਦਾ। ਉਹ ਟਾਈਮ ਸੀ, ਬਹੁਤ ਹੀ ਮੁਸ਼ਕਿਲ ਸੀ ਐਕਸਪਲੇਨ, ਕਿਉਂਕਿ ਹੁਣ ਵੀ ਅਗਰ ਮੈਂ ਕਰਨੀ ਤਾਂ ਮੇਰੇ ਨਾ ਬੋਡੀ ਦੇ ਵਿੱਚ ਨਾ ਹੁੰਦੀ ਹੈ, ਸ਼ਿਵਰਿੰਗ 'ਚ ਸ਼ੁਰੂ ਹੋ ਜਾਂਦੀ। ਹਾਂਜੀ, ਕਿਉਂਕਿ ਮੇਰਾ ਬੇਟਾ ਬ੍ਰੈਸਟ ਫੀਡ 'ਤੇ ਸੀ, ਅਤੇ ਮੈਂ ਗਈ ਹਾਂ, ਬਸ ਕਹਿ ਸਕੀ ਡੇ ਕੇਅਰ 'ਚ ਤੁਹਾਡੀ ਸਰਜਰੀ ਹੋ ਜਾਏਗੀ, ਲੇਕਿਨ ਉਹ ਫਿਰ ਜ਼ਿਆਦਾ ਪ੍ਰੋਬਲਮ ਸੀ, ਅਤੇ ਉਹਨਾਂ ਫਿਰ ਮੇਰੇ ਮਸਲ ਕਿ ਰੱਖਿਆ, ਪਰ ਮੇਰਾ ਬੇਬੀ ਨਾ ਪੂਰੀ ਰਾਤ ਰੋਂਦਾ ਰਿਹਾ ਸੀ। ਉਹ ਤਕਲੀਫ ਜਿਹੜੀ ਨਾ ਇੱਕ ਮਾਂ ਬਿਆਨ ਕਰ ਸਕਦੀ, ਉਹ ਤਕਲੀਫ ਦੇ ਟਾਈਮ ਹੈ ਸੀ। ਉਸ ਤੋਂ ਬਾਅਦ ਮੇਰਾ ਉਹਨਾਂ ਅਪਰੇਟ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਥੋੜ੍ਹੇ ਦਿਨਾਂ ਬਾਅਦ ਮੈਨੂੰ ਡਾਇਗਨੋਜ਼ ਹੋ ਗਿਆ ਕੈਂਸਰ, ਔਰ ਕੈਂਸਰ ਹੋਣ ਆ ਕੇ ਮੈਨੂੰ ਜਿਹੜਾ ਸਹੀ ਵਾਲਾ ਪਤਾ ਚੱਲਿਆ ਨਾ, ਉਦੋਂ ਤਾਂ ਬਸ ਬੰਦਾ ਜਿਵੇਂ ਇੱਕ ਮਾਇੰਡ ਸਟੱਕ ਹੋ ਜਾਂਦਾ ਨਾ, ਇੰਜ ਦਾ ਸਿਸਟਮ ਸੀ। ਪਰ ਹੁਣ ਆ ਕੇ ਜਦੋਂ ਕੰਸਲਟੈਂਟ, ਅੱਜ ਕੱਲ੍ਹ ਮੇਰੀ ਕਾਫੀ ਪ੍ਰੋਬਲਮ ਚੱਲ ਰਹੀ, ਤਾਂ ਮੇਰੇ ਕੰਸਲਟੈਂਟ ਕਹਿ ਰਿਹਾ ਕਿ ਤੇਰਾ ਕੈਂਸਰ ਬਹੁਤ ਹੀ ਡੇਂਜਰਸ ਸੀ, ਕਿ ਦਿਨਾਂ 'ਚ ਫੈਲਣ ਵਾਲਾ ਸੀ। ਪਰ ਪ੍ਰਭੂ ਦੀ ਮੁਹੱਬਤ ਸੀ, ਜਾਂ ਮੈਂ ਕਹਿ ਸਕਿਆ ਕਿ ਮੈਂ 2006 'ਚ ਜਦੋਂ ਖੁਦਾਵੰਦ ਦੇ ਵਿੱਚ ਬਹੁਤ ਮਜ਼ਬੂਤ ਸਾਂ, ਅਤੇ ਫਿਰ 3 ਸਾਲ ਜਿਹੜੇ ਸੀ ਨਾ ਬੱਚਿਆਂ ਦੇ ਵਿੱਚ ਆ ਕੇ, ਤਾਂ ਮੈਂ ਉਂਝ ਦੀ ਮੁਹੱਬਤ ਜਿਹੜੀ ਸੀ ਨਾ ਨਹੀਂ ਕਰ ਸਕੀ, ਲੇਕਿਨ ਖੁਦਾਵੰਦ ਤਾਂ ਹਰ ਟਾਈਮ ਸਾਡੇ ਨਾਲ ਮੁਹੱਬਤ ਕਰਦਾ। ਫਿਰ ਜਦੋਂ ਤਕਲੀਫ ਮੁਸੀਬਤ 'ਚ ਆਈ, ਫਿਰ ਖੁਦਾਵੰਦ ਦੇ ਕੋਲ ਗਈ, ਅਤੇ ਬਹੁਤ ਸਾਰੀ ਰਾਤਾਂ ਸਨ ਜਿਹੜੀਆਂ ਮੈਂ ਸੌਂਦੀ ਨਹੀਂ ਸਾਂ, ਅਤੇ ਉਹ ਟਾਈਮ ਮੈਂ ਬਿਆਨ ਨਹੀਂ ਕਰ ਸਕਦੀ। 8
16 ਦਿਨ ਮੈਂ ਇੱਕ ਕਮਰੇ ਦੇ ਵਿੱਚ ਆਪਣੇ ਬੱਚਿਆਂ ਤੋਂ ਬਗੈਰ ਰੇਡੀਏਸ਼ਨ ਵਾਲੇ ਕਮਰੇ 'ਚ ਰਹੀ ਸਾਂ। ਅਤੇ ਜਦੋਂ ਮੇਰਾ ਕੌਂਸਲਿੰਗ ਕਰਦੇ ਨੇ, ਉਹਨਾਂ ਨੇ ਮੇਰੇ ਕੋਲ ਪੁੱਛਿਆ ਕਿ ਤੈਨੂੰ ਕਿਹੜੀ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਤਸਕੀਨ ਦਿੰਦੀ ਹੈ, ਜੇ ਤੂੰ ਤਸੱਲੀ ਪਾਉਂਦੀ ਆ। ਅਤੇ ਮੈਂ ਕਿਹਾ ਕਿ ਮੈਨੂੰ ਉਹਨੇ ਸਿਰਫ ਬਾਈਬਲ ਦੇ ਦਿਓ। ਜਦੋਂ ਤੁਸੀਂ ਕਮਰੇ ਦੇ ਵਿੱਚ ਇੱਕ ਕੁਈਨ ਲਿਜ਼ਬਤ 'ਚ ਮੈਨੂੰ ਉਹਨਾਂ ਬੰਦ ਕੀਤਾ ਸੀ, ਅਤੇ ਮੈਨੂੰ ਕਿਹਾ ਕਿ ਬਸ ਬਾਈਬਲ ਦੇ ਦਿਓ, ਕਿ ਬਾਈਬਲ ਪੜ੍ਹਾਂਗੇ ਤਾਂ, ਕਿਉਂਕਿ ਉੱਥੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ, ਸਿਰਫ ਤੁਹਾਡੇ ਟੀ ਵੀ ਲੱਗੇ ਹੁੰਦੇ ਨੇ, ਤੁਹਾਨੂੰ ਚੈੱਕ ਕਰਦੇ ਨੇ ਬਾਹਰ, ਤੁਹਾਨੂੰ ਕੋਈ ਤੁਸੀਂ ਇਨਸਾਨ ਨੂੰ ਨਹੀਂ ਦੇਖਦੇ, ਕੋਈ ਤੁਹਾਨੂੰ ਅਟੈਂਡ ਨਹੀਂ ਕਰਦਾ, ਅਤੇ ਖਾਣਾ ਵੀ ਤੁਹਾਨੂੰ ਬਹੁਤ ਦੂਰੋਂ ਭੇਜ ਅੰਦਰ ਕਰ ਦਿੰਦੇ ਨੇ, ਜਿਵੇਂ ਅਛੂਤ ਦੇ ਮਰੀਜ਼ ਨਹੀਂ ਹੁੰਦੇ, ਉਸ ਟਾਈਪ ਦਾ ਮੇਰੇ ਨਾਲ ਸਲੂਕ ਹੋਇਆ ਸੀ ਕੁਆਰੰਟੀਨ ਦੇ ਵਿੱਚ। ਹਾਂਜੀ ਬਿਲਕੁਲ। ਅਤੇ ਮੇਰੇ ਬੱਚੇ ਵੀ ਮੈਨੂੰ ਬਹੁਤ ਦੂਰ ਖੜੇ ਸਨ ਜਦੋਂ ਮੈਨੂੰ ਬਲਾਸਟਾਂ ਦੇ ਦਿੱਤੇ। ਸੋ ਸਿਸਟਰ ਕਾਫੀ ਫੇ ਮਤਲਬ ਵੀ ਪੇਨਫੁਲ, ਬਹੁਤ ਹੀ ਪੇਨ, ਮੈਨੂੰ ਪੇਨ ਆ ਰਹੀ ਹੈਗੀ। ਹਾਂਜੀ, ਕਿਉਂਕਿ ਉਹ ਬੱਚਿਆਂ ਨੂੰ ਜਦੋਂ ਤੁਸੀਂ 2-3 ਮਹੀਨਿਆਂ ਦੇ ਬੱਚੇ ਹੋਣ ਤੇ ਤੁਸੀਂ ਵੇਖੋ, ਤੇ ਚੁੱਕ ਨਹੀਂ ਸਕਦੇ, ਤੁਸੀਂ ਮਿਲ ਨਹੀਂ ਸਕਦੇ, ਇੱਕ ਮਾਂ ਹੁੰਦਿਆਂ ਹੋਇਆ, ਮਾਂ ਹੁੰਦਿਆਂ ਨਾਲੇ। ਤੇ ਮੈਂ ਆਪਣੇ ਬੱਚਿਆਂ ਨੂੰ ਦੂਰੋਂ ਵੇਖ ਨਹੀਂ ਸੀ, 16 ਦਿਨ ਮੈਂ ਆਪਣੇ ਬੱਚਿਆਂ ਨੂੰ ਟੱਚ ਨਹੀਂ ਸੀ ਕੀਤਾ, ਆਪਣੇ ਬੱਚਿਆਂ ਨੂੰ ਵੇਖਿਆ ਸੀ, ਬਹੁਤ ਹੀ ਪੇਨਫੁਲ ਸੀ ਉਹ ਨਾ। ਔਰ ਦੂਸਰੀ ਗੱਲ, ਜਿਹੜਾ ਲਫ਼ਜ਼ ਕੈਂਸਰ ਆ, ਇਹ ਇੱਕ ਤਰ੍ਹਾਂ ਉਦਾਂ ਹੀ ਬੰਦੇ ਨੂੰ ਹਿਲਾ ਦਿੰਦਾ ਹੈ। ਲੇਕਿਨ ਬ੍ਰਦਰ, ਹੁਣ ਜਿਹੜਾ ਟਾਈਮ ਆ ਗਿਆ ਨਾ, ਹੁਣ ਸੋਸ਼ਲ ਮੀਡੀਆ ਬਹੁਤ ਹੀ ਜ਼ਿਆਦਾ ਹਰ ਚੀਜ਼ ਤੁਹਾਨੂੰ ਅਵੇਅਰਨੈਸ ਹੈ ਵੀ, ਪਰ 2010-11 ਦੀ ਗੱਲ ਕਰੋ, ਉੱਥੇ ਤੁਹਾਨੂੰ ਨਹੀਂ ਪਤਾ, ਉਦੋਂ ਤੁਹਾਡੇ ਵਾਸਤੇ ਕੈਂਸਰ ਵੀ ਜਿਹੜਾ ਨਾ, ਉਹ ਇੰਝ ਮੌਤ ਹੀ ਨਜ਼ਰ ਆਉਂਦਾ। ਹਾਂ ਬਿਲਕੁਲ, ਲੈਟਸ ਬੀ ਕਲੀਅਰ। ਹਾਂਜੀ ਬਿਲਕੁਲ, ਮੌਤ ਸੈਂਟੈਂਸਿੰਗ, ਤੋ ਉਦੋਂ ਫੀਲ ਹੁੰਦਾ ਸੀ ਕਿ ਅੱਜ ਗਏ ਤੇ ਅੱਜ ਗਏ, ਅੱਜ ਬਸ ਜ਼ਿੰਦਗੀ। ਪਰ ਖੁਦਾਵੰ ਯਸੂ ਮਸੀਹ ਦਾ ਸ਼ੁਕਰ, ਮੈਂ ਫਿਰ ਉਦੋਂ ਖੁਦਾਵੰ ਵੱਲ ਬਹੁਤ ਜ਼ਿਆਦਾ ਫਿਰ ਕਲੋਜ਼ਰ ਬਹੁਤ ਹੀ ਨਜ਼ਦੀਕ ਆ ਗਏ, ਹੋਰ ਵੀ ਆ ਗਏ, ਬਹੁਤ ਸਾਰੇ ਪਾਸਟਰ ਸਨ, ਉਹਨਾਂ ਕੋਲ ਦੁਆਵਾਂ ਵੀ ਕਰਵਾਈਆਂ, ਅਤੇ ਦੁਆਵਾਂ ਵਿੱਚ ਵੀ ਗਏ ਫਿਰ ਖੁਦਾਵੰ ਦੇ ਵਿੱਚ। ਖੁਦਾਵੰ ਹੋਰ ਹੀ, ਜੇ ਤੁਸੀਂ ਮੁਸੀਬਤ ਦੁੱਖ ਤਕਲੀਫ 'ਚ ਹੁੰਦੇ ਹੋ ਤਾਂ ਫਿਰ ਹੋਰ ਜ਼ਿਆਦਾ ਖੁਦਾ ਨੂੰ ਕਰੀਬ ਤੋਂ ਜਾਣਦੇ ਹੋ, ਅਤੇ ਉਦੋਂ ਉਹਦੀ ਮੁਹੱਬਤ ਨੂੰ ਜਾਣਿਆ 3 ਮਹੀਨੇ। ਫਿਰ ਇੱਕ ਹੋਰ ਇੱਕ ਟਾਈਮ ਆਇਆ ਕਿ ਮੈਂ ਡਿਪਰੈਸ਼ਨ 'ਚ ਚਲੀ ਗਈ, ਅਤੇ ਫਿਰ ਮੇਰੀ ਫਿਰ ਕੌਂਸਲਿੰਗ ਹੋਈ, ਫਿਰ ਉਹਨਾਂ ਜੀ ਪੀ ਨੇ ਬੁਲਾਇਆ, ਫਿਰ ਉਹ 3 ਸੈਸ਼ਨ ਕਰਦੇ ਨੇ ਹੈ ਨਾ, ਕਿ ਉਹਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਤੁਹਾਨੂੰ ਮੈਡੀਸਨ ਸਟਾਰਟ ਕਰਨ ਲੱਗੇ ਸਨ ਮੈਨੂੰ, ਕਿ ਤੁਹਾਨੂੰ ਪੂਰੀ ਜ਼ਿੰਦਗੀ ਫਿਰ ਤੂੰ ਮੈਡੀਸਨ 'ਚ ਚਲੇ ਜਾ ਖਾਣਾ। ਅਤੇ ਮੈਂ ਫਿਰ ਸੋਚਿਆ ਕਿ ਮੈਨੂੰ ਕਹਿੰਦੇ ਨੇ ਕਿ ਤੂੰ ਕਿਹੜੀ ਚੀਜ਼ਾਂ ਨੇ ਜਿਹੜੀਆਂ ਤੈਨੂੰ ਫਿਰ ਖੁਸ਼ ਕਰਦੀਆਂ ਨੇ, ਮੈਂ ਕਿਹਾ ਕਿ ਮੈਨੂੰ ਖੁਦਾ ਦਾ ਕਲਾਮ, ਹਾਂਜੀ, ਅਤੇ ਯਿਸੂ ਮਸੀਹ ਖੁਸ਼ ਕਰਦਾ। ਫਿਰ ਉਹਨਾਂ ਨੇ ਕਿਹਾ ਕਿ ਠੀਕ, ਜਾਂ ਤਾਂ ਤੂੰ ਮੈਡੀਸਨ ਲੈ ਲਾ ਅਤੇ ਜਾਂ ਆਇਆ ਲੈ ਲਾ। ਮੈਂ ਫਿਰ ਡਿਪਰੈਸ਼ਨ ਦੀ ਮੈਡੀਸਨ, ਮੈਂ ਕਿਹਾ ਖੁਦਾਵੰਦ ਮੈਡੀਸਨ ਹੈ ਵੇ, ਮੈਂ ਫਿਰ ਖੁਦਾਵੰਦ ਯਿਸੂ ਮਸੀਹ ਨੂੰ ਫਿਰ ਦੁਬਾਰਾ ਤੋਂ ਪਕੜਿਆ, ਉਹਦਾ ਪੱਲਾ ਫਿਰ ਪਕੜਿਆ। ਹਾਂਜੀ, ਮੈਂ ਕਿਹਾ ਕਿ ਨਹੀਂ, ਮੈਡੀਸਨ ਨਹੀਂ ਲੈਣੀ, ਅਗਰ ਮੈਂ ਮੈਡੀਸਨ ਲੈ ਲਈ ਤਾਂ ਪੂਰੀ ਜ਼ਿੰਦਗੀ ਮੈਨੂੰ ਖਾਣੀ ਪੈਣੀ, ਅਤੇ ਖਾਵਾਂਗੀ ਤਾਂ ਸੋਵਾਂਗੀ, ਸੋਣ ਉਸ ਤੋਂ ਬਗੈਰ ਫਿਰ ਮੈਂ ਸਰਵਾਈਵ ਨਹੀਂ ਕਰ ਸਕਦੀ। ਸੋ ਇਨ ਅਦਰ ਵਰਡਸ, ਕੈਂਸਰ ਨੂੰ ਫਿਰ ਤੁਹਾਡੀ ਉਹ ਹੀਲਿੰਗ ਆ ਗਈ ਬਾਈ ਮੇਰੇ। ਹਾਂਜੀ ਬ੍ਰਦਰ, ਮੇਰੀ 2 ਦਫ਼ਾ ਕੀਮੋ ਹੋਈ ਹੈ, 2 ਦਫ਼ਾ। ਇੱਕ ਦਫ਼ਾ ਮੇਰਾ ਥੈਲੇਸੀਮੀਆ ਹੁੰਦਾ ਨਾ, ਇੱਕ ਬਿਮਾਰੀ ਹੁੰਦੀ ਹੈ ਬਲੱਡ ਦੀ, ਮੇਰੇ 'ਚ ਉਹ ਸੈਲਸ ਬਹੁਤ ਘੱਟ ਸਨ, ਅਤੇ ਫਿਰ ਉਹਦੀ ਵਜ੍ਹਾ ਤੋਂ ਉਹਨਾਂ ਨੇ ਮੈਨੂੰ ਕੀਮੋ ਸਟਾਰਟ ਕੀਤੀ, ਅਤੇ ਮੇਰੇ ਐਚ ਈ ਬਹੁਤ ਡਾਊਨ ਹੋ ਗਿਆ, ਮੈਂ ਬੈੱਡ 'ਤੇ ਚਲੀ ਗਈ। ਉਹ ਫਿਰ ਉਹਨਾਂ ਸਟੋਪ ਕੀਤੀ, ਫਿਰ ਉਸ ਤੋਂ ਬਾਅਦ ਦੁਬਾਰਾ ਫਿਰ ਇੱਕ ਸਪੈਸ਼ਲ ਕੀਮੋ 2015 'ਚ ਇੰਟਰਡਿਊਸ ਹੋਈ ਸੀ, ਇੰਜੈਕਸ਼ਨ ਵਾਲੀ, ਫਿਰ ਮੈਨੂੰ ਉਹ ਦਿੱਤੀ ਗਈ, ਅਤੇ ਹੁਣ ਪਿਛਲੇ ਸਾਲ ਉਹਨਾਂ ਮੈਨੂੰ ਡਿਸਚਾਰਜ ਕੀਤਾ। ਪਿਛਲੇ ਸਾਲ ਤੁਹਾਨੂੰ ਕੰਪਲੀਟਲੀ ਡਿਸਚਾਰਜ ਹੋ ਗਈ ਆ। ਸੋ ਤੁਹਾਡੇ ਫਰੈਂਡ ਨੇ ਤੁਹਾਨੂੰ ਬਚਾ ਲਿਆ? ਯਿਸੂ ਨੇ ਬਚਾ ਲਿਆ, ਹਾਂਜੀ। ਤੁਹਾਡਾ ਦੋਸਤ ਹੈ? ਦੋਸਤ, ਹਾਂਜੀ, ਦੋਸਤ ਭਾਈ ਆ, ਭਾਈ, ਸਾਰਾ ਕੁਝ, ਸਾਰਾ ਕੁਝ ਪਹਿਲਾ ਹੋਈ ਸਭ ਤੋਂ, ਹਾਂਜੀ, ਸਭ ਕੁਝ ਪਹਿਲਾ ਪਿਆਰ ਵੀ ਹੋਈ, ਪਹਿਲਾ ਪਿਆਰ ਵੀ ਹੋਈ ਹੈ। ਕਿੰਨੀ ਅੱਛੀ ਇਹ ਮਿਰਕਲ ਹੈਗਾ ਕਿ ਵਾਕਿਆ ਦੇ ਚ ਹੀ ਪ੍ਰੋਵਾਈਡਸ ਆਲ ਯੂ ਨੀਡਸ। ਤਾਂ ਬੱਚਿਆਂ ਨਾਲ ਵੀ ਬਿਲਕੁਲ ਹੁਣ ਬਹੁਤ ਹੀ ਜ਼ਿੰਦਗੀ ਸਕੂਨ 'ਚ ਵੇ। ਹੁਣ 1 ਸਾਲ ਹੋ ਗਿਆ ਕਿ ਕਾਫੀ ਮੇਰੇ ਬਲੱਡ ਟੈਸਟ ਨਹੀਂ ਠੀਕ ਜਾ ਰਹੇ, ਅਤੇ ਮੈਂ ਹਿੰਮਤ ਨਹੀਂ ਹਾਰਦੀ, ਮੈਂ ਬਹੁਤ ਹੀ ਖੁਦਾਵੰਦ ਨੇ ਮੈਨੂੰ ਇੰਨੀ ਕੁ ਤਾਕਤ, ਕਿਉਂਕਿ ਮੈਂ ਹਮੇਸ਼ਾ ਨਾ ਖੁਦਾਵੰਦ ਦੇ ਕਲਾਮ 'ਚ ਲਿਖਿਆ ਕਿ ਜੋ ਮੈਨੂੰ ਤਾਕਤ ਬਖਸ਼ਦਾ ਉਸਮੇ ਮੈਂ ਸਭ ਕੁਛ ਕਰ ਸਕਦੀ ਹਾਂ। ਮੈਂ ਕਹਿੰਦੀ ਮੈਂ ਸਭ ਕੁਛ ਕਰ ਸਕਦੀ ਹਾਂ, ਮੈਂ ਕਦੀ ਕਿਸੇ ਨੂੰ ਦੱਸਿਆ ਵੀ ਨਹੀਂ ਕਿ ਮੈਂ ਕਿਹੜੀ ਪ੍ਰੋਬਲਮ 'ਚ ਗੁਜ਼ਰ ਰਹੀ ਹਾਂ, ਜਿਵੇਂ ਹਾਲਾਤ 'ਚ ਵਾਂ, ਹਮੇਸ਼ਾ ਹੱਸਦੀ ਰਹਿੰਦੀ ਹਾਂ, ਹਮੇਸ਼ਾ ਹਰ ਇੱਕ ਨਾਲ ਅੱਛੇ ਤਰੀਕੇ ਨਾਲ। ਹੁਣ ਮੇਰੀ ਇਹ ਕੋਸ਼ਿਸ਼ ਹੁੰਦੀ ਕਿ ਜਿੱਥੇ ਵੀ ਜਾਣਾ ਉੱਥੇ ਯਿਸੂ ਦਾ ਜ਼ਰੂਰ ਦੱਸਣਾ ਕਿ ਯਿਸੂ ਕੀ ਕਰ ਸਕਦਾ ਹੈ। ਹਾਂਜੀ, ਕਿੰਨੀ ਸੋਹਣੀ ਗਵਾਹੀ ਹੈ ਮੇਰੀ ਭੈਣ, ਔਰ ਜਿੱਦਾਂ ਤੁਸੀਂ ਸ਼ੇਅਰ ਕਰ ਰਹੇ ਹੈਗੇ ਆ, ਤਾਂ ਮੈਂ ਚਾਹੁੰਦਾ ਹੈਗਾ ਕਿ ਇਸ ਤਰ੍ਹਾਂ ਹੀ ਆਪਣੇ ਨਾਲ ਭੈਣ ਭਰਾ ਰਲੇ ਹੋਏ ਆ, ਔਰ ਹਰੇਕ ਪਾਸੇ ਇਸ ਵੇਲੇ ਤੁਹਾਡੀ ਇਹ ਟੈਲੀਕਾਸਟ ਹੋ ਰਹੀ ਹੈਗੀ ਹੈ। ਤਾਂ ਮੈਂ ਚਾਹੁੰਦਾ ਹੈਗਾ ਕਿ ਖੁਦਾ ਦੇ ਵਚਨ ਦੇ ਵਿੱਚੋਂ ਤੁਸੀਂ ਕੁਛ ਨਾ ਕੁਛ ਮੇਰੀ ਭੈਣ ਕੋਲ ਸ਼ੇਅਰ ਕਰੋ ਕਿ ਜਿਹੜਾ ਭੈਣ ਭਰਾ ਜਿਹੜੇ ਸਰੋਤੇ ਜੁੜੇ ਹੋਏ ਉਹਨਾਂ ਨੂੰ ਵੀ ਬਰਕਤ ਮਿਲੇ। ਬਿਲਕੁਲ, ਹਾਂਜੀ ਬ੍ਰਦਰ, ਮੈਂ 2 ਸਲਾਤੀਨ ਕਿੰਗਸ ਉਹਦਾ 4 ਬਾਬ ਜਿਹੜਾ ਮੇਰੀ ਜ਼ਿੰਦਗੀ ਤੋਂ ਬਹੁਤ ਹੀ ਰਿਲੇਟਿਡ ਹੈ ਨਾ, ਇੱਕ ਔਰਤ ਦੇ ਸ਼ੋਨਮੀ ਔਰਤ ਸੀ ਇੱਕ ਜਿਹਨੂੰ ਅਲੀਸ਼ਾ ਨੇ ਦੁਆ ਦਿੱਤੀ ਅਤੇ ਉਹਦਾ ਬੇਟਾ ਪੈਦਾ ਹੋਇਆ, ਉਹਦੇ ਬਾਰੇ ਸਟੋਰੀ ਸਭ ਲੋਕ ਜਾਣਦੇ ਨੇ, ਲੇਕਿਨ ਉਹ ਮੇਰੇ ਨਾ
ਜ਼ਿੰਦਗੀ ਤੋਂ ਬਹੁਤ ਰਿਲੇਟਿਡ ਹੈ ਨਾ। ਮੈਂ ਸੋਚਦੀ ਹਾਂ ਕਿ ਉਹਦੇ ਬਾਰੇ ਜ਼ਰੂਰ ਦੱਸਿਆ ਕਿ ਔਰਤ ਸੀ, ਉਹਨੇ ਪਹਿਲਾਂ ਤਾਂ ਖੁਦਾ ਦੇ ਜਿਹੜਾ ਖੁਦਾ ਦਾ ਮਰਦੇ ਖੁਦਾ ਸੀ ਅਲੀਸ਼ਾ, ਉਹਦੇ ਬਾਰੇ ਦੱਸਿਆ ਕਿ ਮਸਲ ਉਹ ਜਾਣ ਗਈ ਸੀ ਉਹਦੀ ਰੂਹ ਦੇ ਬਾਰੇ ਕਿ ਖੁਦਾ ਦਾ ਰੂਹ ਉਹਦੇ 'ਚ ਕੰਮ ਕਰਦਾ। ਅਤੇ ਉਹਨੇ ਉਸਨੂੰ ਆਪਣੇ ਘਰ 'ਚ ਠਹਿਰਾਇਆ, ਉਹਨੂੰ ਆਪਣੇ ਜੋ ਵੀ ਉਹਦੀ ਜ਼ਰੂਰਤ ਸੀ ਉਹਨੂੰ ਪੂਰੇ ਦਿੱਤੀਆਂ। ਅਤੇ ਖੁਦਾ ਦੇ ਖਾਦਮ ਨੇ, ਮਰਦੇ ਖੁਦਾ ਨੇ ਕਿਹਾ ਅਲੀਸ਼ਾ ਨੇ ਕਿ ਤੈਨੂੰ ਕਿਸ ਚੀਜ਼ ਦੀ ਜ਼ਰੂਰਤ ਹੈ? ਅਤੇ ਉਹ ਜਿਹੜਾ ਉਹਦਾ ਖਾਦਮ ਸੀ ਹਜਾਜ਼ੀ, ਉਹਨੇ ਕਿਹਾ ਕਿ ਇਸ ਔਰਤ ਕੋ ਬੱਚਾ ਨਹੀਂ ਹੈ। ਅਤੇ ਉਹਨੇ ਦੁਆ ਕੀਤੀ ਅਤੇ ਖੁਦਾ ਨੇ ਉਹਨੂੰ ਬੱਚੇ ਜੈਸੀ ਨਿਮਤ ਦਿੱਤੀ। ਅਤੇ ਜਦੋਂ ਬੇਟਾ ਥੋੜ੍ਹਾ ਜਿਹਾ ਵੱਡਾ ਹੋਇਆ, 9 ਸਾਲ ਦਾ ਹੋਇਆ ਜਾਂ ਕੁਝ ਥੋੜ੍ਹਾ ਜਿਹਾ, ਅਤੇ ਉਹ ਬੱਚੇ ਨੂੰ ਸਿਰ ਦੀ ਦਰਦ ਦੀ ਵਜ੍ਹਾ ਤੋਂ ਉਹਦੀ ਡੈਥ ਹੋ ਗਈ। ਅਤੇ ਔਰਤ ਫਿਰ ਉਹਨੇ ਇਮਾਨ ਨਹੀਂ ਛੱਡਿਆ, ਉਹਦਾ ਬੱਚਾ ਘਰ ਮਸਲੇ ਇਸ ਹਾਲੇ 'ਚ ਪਿਆ ਹੋਇਆ। ਅਤੇ ਉਹ ਗਈ ਔਰਤ ਫਿਰ ਅਲੀਸ਼ਾ ਦੇ ਕੋਲ ਆਪਣੇ ਬੈਠ ਕੇ, ਆਪਣੇ ਘੋੜੇ 'ਤੇ ਬੈਠ ਕੇ। ਅਤੇ ਅਲੀਸ਼ਾ ਦੇ ਕੋਲ ਜਦੋਂ ਗਈ ਅਤੇ ਅਲੀਸ਼ਾ ਨੇ ਦੂਰੋਂ ਹੀ ਕਿਰਮਲ ਪਹਾੜੀ ਦੇ ਸਾਹਮਣੇ ਦੇਖਿਆ ਕਿ ਔਰਤ ਆ ਰਹੀ। ਤਾਂ ਉਹਨੇ ਪੁੱਛਿਆ ਕਿ ਤੂੰ, ਮਸਲ ਨੇ ਆਪਣੇ ਹਜਾਜ਼ੀ ਨੂੰ ਪੁੱਛਿਆ, ਆਪਣੇ ਖਾਦਮ ਨੇ ਪੁੱਛਿਆ ਕਿ ਤੂੰ ਇਸ ਔਰਤ ਕੋ ਪੁੱਛ ਕੇ ਇਹਨੂੰ ਕੀ ਚਾਹੀਦਾ ਵੇ, ਕਿਉਂ ਆ ਰਹੀ ਮੇਰੇ ਕੋਲ? ਤਾਂ ਉਹਨੇ ਕਿਹਾ ਕਿ ਦੱਸ ਕਿ ਤੂੰ ਕਿਉਂ ਆਈ ਹੈ, ਕੀ ਕੋਈ ਪ੍ਰੋਬਲਮ ਹੈ, ਤੇਰਾ ਸ਼ੋਹਰ ਠੀਕ ਹੈ, ਤੇਰੀ ਫੈਮਿਲੀ ਠੀਕ ਹੈ? ਉਹਨੇ ਕਿਹਾ ਸਭ ਕੁਛ ਠੀਕ ਹੈ, ਸਭ ਕੁਛ ਖੈਰੀਅਤ 'ਚ। ਉਹਨੇ 3 ਦਫ਼ਾ ਹੀ ਕਿਹਾ ਆਲ ਇਜ਼ ਵੈਲ ਵੈਲ। ਆਪਾਂ ਜਦੋਂ ਇਹੋ ਜਿਹੀ ਸਿਚੁਏਸ਼ਨ 'ਚ ਹੁੰਦੇ ਹਾਂ ਕਿ ਅਗਰ ਸਾਡੇ ਨਾਲ ਇੰਝ ਅਗਰ ਹੋ ਜਾਂਦਾ ਤਾਂ ਕਦੀ ਵੀ ਸਾਡੀ ਜ਼ਬਾਨ ਤੋਂ ਅੱਛੀ ਗੱਲ ਨਹੀਂ ਨਿਕਲੇਗੀ, ਅਸੀਂ ਮਾਯੂਸ ਹੋ ਜਾਂਦੇ ਹਾਂ, ਅਸੀਂ ਕਦੀ ਵੀ ਇੰਝ ਦੇ ਵਰਡ ਨਹੀਂ ਕੱਢਦੇ। ਪਰ ਇੱਥੇ ਸਾਨੂੰ ਸਿੱਖਣ ਦੀ ਇਹ ਗੱਲ ਹੈ ਕਿ ਉਹਦੇ ਜ਼ਿੰਦਗੀ ਦੇ ਵਿੱਚ ਇੰਨੀ ਕੁ ਹਲਚਲ ਸੀ, ਉਹਦਾ ਬੇਟਾ ਮਰਿਆ ਘਰ ਪਿਆ, ਲੇਕਿਨ ਕਹਿੰਦੀ ਹੈ ਕਿ ਹਰ ਚੀਜ਼ ਠੀਕ ਹੈ, ਹਰ ਚੀਜ਼ ਠੀਕ ਹੈ। ਇੰਝ ਸਾਡੇ ਅਤੇ ਖੁਦਾ ਯਸੂ ਮਸੀਹ ਦੇ ਹਾਲਾਤ ਇੰਝ ਦੇ ਹੋਣੇ ਚਾਹੀਦੇ ਨੇ ਕਿ ਆਪਾਂ ਲੋਕਾਂ ਨੂੰ ਦੱਸਣ ਤੋਂ ਪਹਿਲਾਂ ਯਸੂ ਨੂੰ ਦੱਸੀਏ। ਅਗਰ ਆਪਾਂ ਇਸ ਮੁਸੀਬਤ 'ਚ, ਦੁੱਖ 'ਚ, ਤਕਲੀਫ 'ਚ ਹਾਂ, ਅਸੀਂ ਫੌਰਨ ਉਸ ਚੀਜ਼ ਲੋਕਾਂ ਨੂੰ ਦੱਸਦੇ ਹਾਂ। ਆਪਾਂ ਨੂੰ ਸਭ ਤੋਂ ਪਹਿਲਾਂ ਖੁਦਾ ਨੂੰ ਦੱਸਣਾ ਚਾਹੀਦਾ ਆਪਣੀ ਪਰੇਸ਼ਾਨੀਆਂ, ਆਪਣੇ ਦੁੱਖ, ਆਪਣੀ ਤਕਲੀਫਾਂ, ਅਤੇ ਉਹਦੇ ਕੋਲ ਹੱਲ ਵੀ ਮੰਗਣਾ ਚਾਹੀਦਾ, ਉਹਦੇ ਕੋਲ ਹੀਲਿੰਗ ਵੀ ਲੈਣੀ ਚਾਹੀਦੀ ਹੈ, ਕਿਉਂਕਿ ਉਹੀ ਸਾਡਾ ਸਭ ਕੁਝ ਹੈ, ਉਹੀ ਸਾਡਾ ਬਚਾਉਣ ਵਾਲਾ ਹੈ, ਉਹਦੇ ਕੋਲ ਇੰਨੀ ਪਾਵਰ ਹੈ ਵੇ। ਜਦੋਂ ਅਸੀਂ ਉਹ ਮੁਹੱਬਤ ਜਿਹੜੀ ਖੁਦਾ ਸਾਡੇ ਨਾਲ ਕਰਦਾ, ਅਸੀਂ ਖੁਦਾ ਨੇ ਸਾਨੂੰ ਆਪਣੇ ਖੂਨ ਨਾਲ ਖਰੀਦਿਆ ਹੋਇਆ, ਆਪਾਂ ਜਦੋਂ ਆਪਣੇ ਫਾਦਰ ਨੂੰ ਜਿਵੇਂ ਦੱਸਦੇ ਹਾਂ, ਬਹੁਤ ਜਿਹੜਾ ਸਾਡਾ ਬਹੁਤ ਹੀ ਕਰੀਬੀ ਹੁੰਦਾ, ਅਸੀਂ ਕੋਸ਼ਿਸ਼ ਕਰਦੇ ਕਿ ਆਪਣੇ ਦੁੱਖ ਦਰਦ ਤਕਲੀਫਾਂ ਉਹਦੇ ਨਾਲ ਵੰਡੀਏ। ਅਤੇ ਜਦੋਂ ਅਸੀਂ ਯਸੂ ਨੂੰ ਆਪਣਾ ਕਰੀਬੀ ਬਣਾ ਲੈਂਦੇ ਹਾਂ, ਅਤੇ ਫਿਰ ਸਾਨੂੰ ਹਰ ਚੀਜ਼ ਖੁਦਾ ਯਸੂ ਮਸੀਹ ਨੂੰ ਦੱਸਣ ਦੀ ਜ਼ਰੂਰਤ ਹੈ, ਕਿਉਂਕਿ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ, ਆਪਾਂ ਇੱਕ ਦੂਸਰੇ ਦੇ ਨੂੰ ਤਸੱਲੀ ਦੇਣੀ ਹੈ, ਕਿਉਂਕਿ ਸਾਡੇ ਮੂੰਹ 'ਚ ਜਿਹੜੇ ਵਰਡ ਨਿਕਲਣ ਉਹ ਤਸੱਲੀ ਦੇ ਹੋਣੇ ਚਾਹੀਦੇ ਨੇ ਕਿਸੇ ਨੂੰ ਮਾਯੂਸੀ ਦੇ। ਅਗਰ ਆਪਾਂ ਬਹੁਤ ਦਫ਼ਾ ਅਸੀਂ ਇੰਝ ਹੁੰਦੇ, ਕਿਸੇ ਆਪਣੀ ਤਕਲੀਫਾਂ ਮੁਸੀਬਤਾਂ ਦੇ ਵਿੱਚ ਹੁੰਦੇ ਹਾਂ, ਤਾਂ ਇਹ ਸਾਡੇ ਵਰਡ ਵੀ ਉਂਝ ਦੇ ਲੋਕਾਂ ਵਾਸਤੇ ਵੀ ਨਿਕਲਦੇ ਨੇ। ਨਹੀਂ, ਆਪਾਂ ਦੇ ਅਗਰ ਜ਼ਿੰਦਗੀ 'ਚ ਤਕਲੀਫਾਂ ਨੇ, ਮੁਸੀਬਤਾਂ ਨੇ, ਅਸੀਂ ਹਮੇਸ਼ਾ ਕਹਿੰਦੇ ਕਿ ਖੁਦਾ ਦਾ ਸ਼ੁਕਰ, ਅਸੀਂ ਠੀਕ ਹਾਂ, ਸ਼ੁਕਰਗੁਜ਼ਾਰੀ ਕਰਦੇ ਰਹਿਣਾ ਚਾਹੀਦਾ, ਕਿਉਂਕਿ ਖੁਦਾ ਦਾ ਕਲਾਮ ਸਾਨੂੰ ਇਹ ਸਿਖਾਉਂਦਾ ਕਿ ਜੋ ਵੀ ਤੁਸੀਂ ਬੋਲੋ, ਇਹ ਜਾਣ ਕੇ ਬੋਲੋ ਕਿ ਖੁਦਾ ਤੁਹਾਡੇ ਦੇ ਵਿੱਚ ਕੰਮ ਕਰ ਰਿਹਾ ਨਾ। ਕਿ ਅਗਰ ਆਪਾਂ ਬੋਲਨੇ ਵੀ ਹਾਂ, ਕਿਉਂਕਿ ਸਾਡੇ ਜਿਹੜੇ ਵਰਡ ਹੁੰਦੇ ਨੇ ਉਹ ਜ਼ਿੰਦਗੀਆਂ 'ਤੇ ਕੰਮ ਕਰਦੇ ਨੇ, ਇਹ ਕਲਾਮ ਜਿਹੜਾ ਹੈ, ਜਿਹੜਾ ਅਸੀਂ ਬੋਲਦੇ ਹਾਂ, ਉਹ ਅਸੀਂ ਬਹੁਤ ਸਾਰੀ ਜ਼ਿੰਦਗੀਆਂ ਨੂੰ ਬਚਾ ਲੈਂਦੇ ਹਾਂ। ਅਤੇ ਇਸ ਲਈ ਸਾਨੂੰ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਕਿ ਆਪਣੇ ਵਰਡ ਜਿੰਨੇ ਵੀ ਅਸੀਂ ਬੋਲਦੇ ਹਾਂ ਉਹ ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੋਲੀਏ, ਜੋ ਕੁਝ ਬੋਲੀਏ, ਕਿਉਂਕਿ ਜਿਹੜੀ ਅੱਛੀ ਖਬਰ ਹੁੰਦੀ ਹੈ ਉਹ ਹੱਡੀਆਂ ਨੂੰ ਤਵਾਨਾ ਕਰਦੀ ਹੈ। ਤਾਂ ਆਪਾਂ ਅਗਰ ਅੱਛਾ ਬੋਲਦੇ ਹਾਂ, ਅਗਰ ਕਿਸੇ ਨੂੰ ਅੱਛੀ ਖੁਸ਼ਖਬਰੀ ਦਿੰਦੇ ਹਾਂ, ਯਸੂ ਦੇ ਬਾਰੇ ਦੱਸਦੇ ਹਾਂ, ਅਤੇ ਇੱਕ ਅੱਛੀ ਖਬਰ ਸੀ ਕਿ ਉਹਨਾਂ ਦੀ ਹੱਡੀਆਂ ਨੂੰ ਅਸੀਂ ਤਵਾਨਾ ਕਰ ਦਿੰਦੇ ਹਾਂ, ਕਿ ਖੁਦਾ ਦਾ ਕਲਾਮ ਇਹ ਕਹਿੰਦਾ ਕਿ ਕਿਆ ਹੀ ਖੁਸ਼ਨੁਮਾ ਉਹ ਕਦਮ ਹੈ ਜੋ ਖੁਸ਼ਖਬਰੀ ਕੇ ਲਈ ਸੁਣਾਏ ਜਾਂਦੇ ਹੈ। ਹਮਾਰਾ ਵੋ ਸਾਡਾ ਜਿਹੜਾ ਵੀ ਕਦਮ ਉੱਠਦਾ ਉਹ ਖੁਸ਼ਖਬਰੀ ਵਾਸਤੇ ਹੋਣਾ ਚਾਹੀਦਾ, ਮਸੀਹ ਦੇ ਪੈਗਾਮ ਨੂੰ ਫੈਲਾਉਣ ਵਾਸਤੇ, ਮਸੀਹ ਦੇ ਨਾਂ ਨੂੰ ਦੱਸਣ ਵਾਸਤੇ ਸਾਡਾ ਇਹ ਕੰਮ ਹੋਣਾ ਚਾਹੀਦਾ। ਕਿਸੀ ਅਗਰ ਅਸੀਂ ਖੁਦਾ ਨੂੰ ਟੇਸਟ ਕੀਤਾ, ਜਿਵੇਂ ਕਿ ਅੱਜ ਮੈਂ ਬਿਰਿਆਨੀ ਖਾ ਕੇ ਆਈ ਹਾਂ, ਇਮਰਾਨ ਬਾਈ ਬਿਰਿਆਨੀ ਖਾ ਕੇ ਆਏ ਨੇ, ਆਪਾਂ ਜਦੋਂ ਟੇਸਟ ਕਰ ਲੈਂਦੇ ਹਾਂ ਨਾ, ਉਹਦਾ ਟੇਸਟ ਸਾਨੂੰ ਜ਼ਰੂਰ ਦੱਸਣਾ ਚਾਹੀਦਾ ਕਿ ਮਸੀਹ ਸਾਡੀ ਜ਼ਿੰਦਗੀ 'ਚ ਕੀ ਕੰਮ ਕਰ ਸਕਦਾ ਹੈ। ਆਮੀਨ ਆਮੀਨ। ਬਹੁਤ ਹੀ ਅੱਛਾ ਮੇਰੀ ਭੈਣ, ਔਰ ਇੱਥੋਂ ਤਾਈਂ ਕਿ ਤੁਸੀਂ ਬ੍ਰੋਡਕਾਸਟਰ ਹੈਗੇ ਹੋ, ਹੁਣ ਤੁਸੀਂ ਰੇਡੀਓ 'ਤੇ ਆਪਣੀ ਗਵਾਹੀ ਦੇ ਸਕਦੇ ਹਾਂ, ਖੁਦਾ ਦਾ ਕਲਾਮ ਸੁਣਾ ਸਕਦੇ ਹੈਗੇ ਹਾਂ, ਤੁਹਾਨੂੰ ਖੁਦਾ ਹੋਰ ਵੀ ਬਰਕਤ ਦੇਵੇ। ਵੈਸੇ ਤੁਹਾਡੇ ਸ਼ੋਅ ਦੇ ਵਿੱਚ ਵੀ ਤੁਸੀਂ ਸ਼ੋਅ ਸ਼ੇਅਰ ਕਰਦੇ ਹੋਵੋਗੇ? ਬਿਲਕੁਲ ਹਾਂਜੀ, ਬਹੁਤ ਜ਼ਿਆਦਾ ਸ਼ੇਅਰ ਕਰਦੀ ਹਾਂ। ਮੈਂ ਉਹਦਾ ਵੀ ਦੱਸਣਾ ਚਾਹੁੰਦੀ ਹਾਂ ਕਿ ਮੈਂ ਇੱਕ ਦਿਨ ਬੈਠੀ ਸਾਂ ਬਿਲਕੁਲ ਨਾ ਸੋਫੇ ਦੇ ਉੱਤੇ ਬੈਠੀ, ਅਤੇ ਜਿਵੇਂ ਮੈਂ ਕਹਿੰਦੀ ਹਾਂ ਕਿ ਖੁਦਾਵਾਂ ਮੈਨੂੰ ਇਸਤੇਮਾਲ ਕੀ ਯਸੂ ਜਿਸ ਇੰਨੇ ਸਾਰੇ ਕੰਮ ਕਰੇ, ਬਿਲਕੁਲ ਨਾ ਇੰਝ ਫਰੈਂਡਲੀ ਮੇਰੀ ਗੱਲਬਾਤ ਹੁੰਦੀ ਜਿਸ ਨਾਲ, ਜਿਸ ਇੰਨੇ ਸਾਰੇ ਕੰਮ ਤੁਸੀਂ ਮੇਰੇ ਵਾਸਤੇ ਕੀਤੇ ਨੇ, ਇਹ ਕੀਤਾ ਇਹ ਕੀਤਾ, ਅਤੇ ਮੈਂ ਹੁਣ ਕੀ ਕਰਾਂ ਤੁਹਾਡੇ ਵਾਸਤੇ? ਅਤੇ ਉਦਣ ਫਿਰ ਬਾਜੀ ਦੇ ਨਾਲ ਮੇਰੀ ਗੱਲਬਾਤ ਹੋ ਗਈ, ਬਾਜੀ ਨਰਿੰਦਰ ਦੇ ਨਾਲ, ਕਿ ਮੈਨੂੰ ਲੱਗ ਰਿਹਾ ਸੀ ਕਿ ਫਿਰ ਮੇਰੀ ਕਾਲਿੰਗ ਹੋ ਗਈ ਹੈ ਕਲਾਮ ਦੇ। ਹਾਂਜੀ, ਅਤੇ ਰਾਤ ਵੀ ਆਈ ਦੁਆ ਕਰ ਰਹੀ ਸਾਂ ਕਿ ਜਦੋਂ ਤੁਹਾਡੇ ਨਾਲ ਗੱਲਬਾਤ ਹੋਈ ਕਿ ਮੈਂ ਕਿਹਾ ਕਿ ਖੁਦਾਵਾਂ ਕਿੱਥੇ ਤੱਕ ਮੇਰੀ ਆਵਾਜ਼ ਪਹੁੰਚ ਸਕਦੀ, ਮੈਂ ਲੋਕਾਂ ਨੂੰ ਦੱਸਾਂ। ਬਿਲਕੁਲ ਹਾਂਜੀ, ਅਤੇ ਇਹ ਤੁਹਾਡੇ ਨਾਲ ਗੱਲਬਾਤ ਹੋ ਗਈ, ਇਹ ਖੁਦਾਵਾਂ ਦੀ ਪਲੈਨਿੰਗ ਹੈ, ਆਪਾਂ ਕੁਝ ਵੀ ਨਹੀਂ ਕਰ ਸਕਦੇ, ਲੇਕਿਨ ਇਹ ਖੁਦਾ ਦੀ ਪਲੈਨਿੰਗ ਹੈ। ਹੁਣ ਫਾਈਨਲੀ
ਤੁਸੀਂ ਹੁਣ ਇੱਦਾਂ ਆ ਕਿ ਮੇਰੀਆਂ ਭੈਣਾਂ ਵੀ ਦੇਖਦੀਆਂ ਹੋਣਗੀਆਂ ਔਰ ਜਿਹੜੇ ਲਾਈਫ ਵੈਲਿਊਜ਼ ਤੁਸੀਂ ਸਿੱਖੇ ਹੈਗੇ ਖੁਦ ਆਪਣੀ ਯਿਸੂ ਮਸੀਹ ਨਾਲ ਪਿਆਰ ਕੀਤਾ, ਇੱਕ ਛੋਟੀ ਜਿਹੀ ਦੁਆ ਕਰੋ ਕਿ ਆਪਣੇ ਜਿੰਨੇ ਵੀ ਭੈਣ ਭਰਾ ਰਲੇ ਹੋਏ ਆ ਉਹਨਾਂ ਨੂੰ ਬਰਕਤ ਮਿਲੇ। ਰਹਿਮ ਤੋਂ ਕਿ ਬਾਨੀ ਜ਼ਿੰਦਾ ਜਲਾਲੀ ਪਿਤਾ, ਉਹ ਯਿਸੂ ਹਮ ਤੁਝੇ ਪਿਆਰ ਕਰਤੇ ਹੈ, ਉਹ ਪਿਆਰੇ ਪਿਤਾ ਹਮ ਤੇਰੇ ਕਦਮੋਂ ਮੇ ਆਏ ਹੈ ਬਾਪ, ਆਪਣਾ ਜਾਨ ਕੇ ਖੁਦਾਵੰਦ ਤੂੰ ਹਮਾਰਾ ਹੈ, ਤੂੰ ਹਮਾਰਾ ਪਿਤਾ ਹੈ, ਤੂੰ ਹਮਾਰਾ ਆਕਾ ਹੈ ਖੁਦਾਵੰਦ, ਹਮ ਇਸੀ ਪਿਆਰ ਮੇ ਜਬ ਹੈ ਖੁਦਾਵੰਦ ਭਾਈ ਬਹਿਨ ਔਰ ਜਿਤਨੇ ਵੀ ਲੋਕ ਹੈ ਯਹਾਂ ਪੇ ਸਭਕੋ ਆਪਕੇ ਹਵਾਲੇ ਕਰਤੇ ਹੋ, ਜਿਤਨੇ ਵੀ ਸੁਣਨੇ ਵਾਲੇ ਦੇਖਣੇ ਵਾਲੇ ਹੈ ਖੁਦਾਵੰਦ ਸਭਕੋ ਬਰਕਤ ਦੇ, ਆਪਣੇ ਨਾਮ ਕੇ ਵਸੀਲੇ ਸੇ ਸਭਕੋ ਬਚਾਏ ਖੁਦਾਵੰਦ, ਯੇ ਨਾਮ ਜੋ ਇਤਨਾ ਮੁਹੱਬਤ ਵਾਲਾ ਹੈ, ਇਤਨਾ ਪਿਆਰ ਵਾਲਾ ਹੈ ਬਾਪ, ਆਪਣੇ ਨਾਮ ਕੇ ਲੀਏ ਲੋਕੋ ਕੋ ਜੀਤ ਹੈ ਖੁਦਾਵੰਦ, ਹੈ ਖੁਦਾਵੰਦ ਤੇਰੇ ਆਨੇ ਕਾ ਵਕਤ ਬਹੁਤ ਹੀ ਕਰੀਬ ਹੈ ਬਾਪ, ਤਾਂ ਕਿ ਹਰ ਇੱਕ ਜ਼ਬਾਨ ਤੇਰਾ ਇਕਰਾਰ ਕਰੇ, ਹਰ ਇੱਕ ਗੁਟਨਾ ਤੇਰੇ ਅੱਗੇ ਝੁਕੇ ਹੈ ਬਾਪ, ਤੂੰ ਹਮੇ ਔਰ ਜ਼ਿਆਦਾ ਖੁਦਾਵੰਦ ਜ਼ੋਰ ਦੇ, ਹਿੰਮਤ ਦੇ, ਤਾਂ ਕਿ ਹਮ ਇਸੀ ਤਰ੍ਹਾਂ ਖੁਦਾਵੰਦ ਤੇਰਾ ਨਾਮ ਦੁਨੀਆ ਤੱਕ ਪਹੁੰਚਾ, ਔਰ ਖਾਸ ਤੌਰ ਪਰ ਬ੍ਰਦਰ ਕੇ ਲੀਏ ਇਹ ਦੁਆ ਕਰਤੀ ਹੈ ਖੁਦਾਵੰਦ ਇਹਨੇ ਔਰ ਜ਼ਿਆਦਾ ਕਸਰਤ ਸੇ ਇਸਤੇਮਾਲ ਕਰ ਹੈ ਬਾਪ, ਇਹ ਬਾਪ ਇਨਮੇ ਹੋ ਕੇ ਖੁਦਾਵੰਦ ਤੂੰ ਕਾਮ ਕਰ ਹੈ ਖੁਦਾਵੰਦ, ਜੋ ਵੀ ਇਨਕੀ ਕਾਲਿੰਗ ਹੈ ਖੁਦਾਵੰਦ ਉਨਮੇ ਬੜੀ ਬਰਕਤ ਹੈ, ਔਰ ਖੁਦਾਵੰਦ ਤੂੰ ਹਮੇ ਜਿਸ ਤਰ੍ਹਾਂ ਗੁਜ਼ਰੇ ਦਿਨੋਂ ਮੇ ਸੰਭਾਲਣਾ ਹੈ ਖੁਦਾਵੰਦ, ਅਬ ਵੀ ਤੂੰ ਹਰ ਪਲ ਹਰ ਲਮ੍ਹਾ ਹਮਾਰੇ ਸਾਥ ਹੋਣਾ ਔਰ ਹਮੇ ਸੰਭਾਲਣਾ ਯਿਸੂ ਕੇ ਨਾਮ ਮੇ, ਆਮੀਨ। ਸ਼ਬਾਨਾ ਜੀ ਥੈਂਕ ਯੂ ਸੋ ਮਚ ਫੋਰ ਕਮਿੰਗ, ਥੈਂਕ ਯੂ ਵੈਰੀ ਮਚ, ਬਹੁਤ ਸਾਰੀ ਬਰਕਤ ਦੇ, ਬਹੁਤ ਅੱਛਾ ਲੱਗਾ ਬ੍ਰਦਰ ਆਪਕੇ ਸਾਥ ਬਾਤਚੀਤ ਕਰਕੇ, ਹਾਂਜੀ ਬਹੁਤ ਅੱਛਾ ਲੱਗਾ, ਥੈਂਕ ਯੂ। ਸ਼ਬਾਨਾ ਜੀ ਦੀ ਟੈਸਟੀਮਨੀ ਅਮੇਜ਼ਿੰਗ, ਪ੍ਰਭੂ ਯਿਸੂ ਨੇ ਇਹਨਾਂ ਨੂੰ ਕੈਂਸਰ ਦੀ ਬਿਮਾਰੀ ਤੋਂ ਆਜ਼ਾਦ ਕੀਤਾ, ਹੈਲੇਲੂਯਾ। ਸ਼ਬਾਨਾ ਜੀ ਇਸ ਕੌਨਫੀਡੈਂਟ ਇਨ ਹੂ ਸ਼ੀ ਇਜ਼ ਐਂਡ ਵਾਟ ਸ਼ੀ ਬਿਲੀਵਸ, ਐਂਡ ਇਨ ਹਰ ਐਗਜ਼ਾਮਪਲ ਆਫ ਫੇਥਲੈਸਨੈਸ ਸ਼ੀ ਇਨਕਰੇਜਸ ਅਦਰਸ ਟੂ ਬੀ ਕੋਰੇਜਸ ਐਂਡ ਮੇਕ ਅ ਡਿਫਰੈਂਸ ਇਨ ਦਿਸ ਵਰਲਡ। ਖੁਦਾਵੰਦ ਸ਼ਬਾਨਾ ਜੀ ਨੂੰ ਬਹੁਤ ਬਰਕਤ ਦੇਵੇ, ਔਰ ਮੇਰੀ ਉਮੀਦ ਹੈ ਕਿ ਪ੍ਰਭੂ ਯਿਸੂ ਮਸੀਹ ਮੇਰੀਆਂ ਭੈਣਾਂ ਨੂੰ, ਮਾਵਾਂ ਨੂੰ, ਧੀਆਂ ਨੂੰ ਹੋਰ ਵੀ ਇਸਤੇਮਾਲ ਕਰੇ। ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਫੋਰ ਜੁਆਇਨਿੰਗ ਮੀ, ਅੰਟਿਲ ਨੈਕਸਟ ਟਾਈਮ, ਜੈ ਮਸੀਹ ਕੀ। ਯਾਦ ਰੱਖਣਾ ਨੋਟੀਫਿਕੇਸ਼ਨ ਬਟਨ ਨੂੰ ਔਨ ਕਰ ਲੈਣਾ, ਔਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਅਗਲੇ ਪ੍ਰੋਗਰਾਮ ਨੂੰ ਮਿਸ ਨਹੀਂ ਕਰਨਾ, ਦੇਖਦੇ ਰਹੋ ਔਰ ਬਰਕਤ ਪਾਓ। Thank you.